हेलो फ्रेंड्स गिल्स मैंटॉर ई लर्निंग प्लेटफॉर्म से स्वागत है अः सैकंड नवंबर है तो आप रहें अपने करंट अफेयर सैशन के नाल करंट अफेयर सैन जो कि इंपोर्टेंट होएगा डिफरेंट डिफरेंट एग्जाम्स पंजाब पटवारी पी पी एस सी पी सी सी जी एल सी एच एस एल और जिन्हें भी होर गवरमेंट एग्जाम ने या बैंकिंग एग्जाम ने उन्हों लिए सैशन इंपोर्टेंट हो सब तो पहले सैशन शेयर करना स्टार्ट कर दो जिथे भी शेयर कर सकते हो वट्सएप टैलीग्राम फेसबुक ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ ਅਪਰ ਸਟਾਰਟ ਕਰਾਂਗੇ ਸੈਸ਼ਨ ਆਈਬੀਪੀਐਸ ਆਰਆਰਬੀ ਜੇਈ ਪੰਜਾਬ ਪੰਜਾਬ ਪੁਲਿਸ ਐਸਆਈ ਔਰ ਪਟਵਾਰੀ ਦੇ ਲਈ ਬੈਚੀ ਸ਼ੁਰੂ ਕੀਤੇ ਜਾ ਚੁੱਕੇ ਨੇ ਤੁਸੀਂ ਚਾਹੋ ਤਾਂ ਉਹਨਾਂ ਦੇ ਵਿੱਚ ਐਨਰੋਲ ਕਰਵਾ ਸਕਦੇ ਹੋ ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਚੈਨਲ ਨੂੰ ਵਿਜ਼ਿਟ ਕਰ ਸਕਦੇ ਹੋ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ ਇਹਨਾਂ ਨੂੰ ਦੇਖਦੇ ਰਹੋ ਤੁਹਾਨੂੰ ਜਿੰਨੇ ਵੀ ਇੰਪੋਰਟੈਂਟ ਕੰਟੈਂਟ ਅਫੇਅਰਸ ਨੇ ਜਾਂ ਫਿਰ ਇੰਪੋਰਟੈਂਟ ਐਗਜ਼ਾਮਸ ਰਿਲੇਟਡ ਜਿੰਨਾ ਵੀ ਮਟੀਰੀਅਲ ਹੈ ਸਾਰਾ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਅਗਰ ਤੁਸੀਂ ਪੀਡੀਐਫ ਦੀ ਫਾਰਮ ਦੇ ਵਿੱਚ ਮਟੀਰੀਅਲ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰam ਚੈਨਲ ਸਾਡਾ ਜੁਆਇਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਐਪਲੀਕੇਸ਼ਨ ਤੇ ਵੀ ਸਾਰਾ ਮਟੀਰੀਅਲ ਚੈੱਕ ਕਰ ਸਕਦੇ ਹੋ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਸਟਾਰਟ ਕਰਾਂਗੇ ਸੈਸ਼ਨ ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਆਪਾਂ ਸੈਟਰਡੇ ਐਮਸੀਕਿਊ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ ਉਹਨਾਂ ਦੀ ਰਿਵੀਜ਼ਨ ਕਰਾਂਗੇ ਤੇ ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ ਐਮਸੀਕਿਊ ਫਾਰਮ ਦੇ ਵਿੱਚ ਡਿਸਕਸ ਕਰਾਂਗੇ ਵਿਦ ਉਹਨਾਂ ਦੇ ਸਟੈਟਿਕ ਫੈਕਟਸ ਸਭ ਤੋਂ ਪਹਿਲੇ 31 ਅਕਤੂਬਰ ਨੂੰ ਨੈਸ਼ਨਲ ਯੂਨਿਟੀ ਡੇ ਆਪਾਂ ਡਿਸਕਸ ਕੀਤਾ ਸੀ ਨੈਸ਼ਨਲ ਯੂਨਿਟੀ ਡੇ ਜਾਂ ਇਕਤਾ ਦਿਵਸ ਯਾ ਕਹਿ ਸਕਦੇ ਹਾਂ ਸਰਦਾਰ ਵੱਲਭ ਭਾਈ ਪਟੇਲ ਜਿਨ੍ਹਾਂ ਨੂੰ ਆਇਰਨ ਮੈਨ ਆਫ ਇੰਡੀਆ ਕਿਹਾ ਜਾਂਦਾ ਸੀ ਫਰਸਟ ਡਿਪਟੀ ਪ੍ਰਾਈਮ ਮਿਨਿਸਟਰ ਫਰਸਟ ਹੋਮ ਮਿਨਿਸਟਰ ਇੰਡੀਆ ਦੇ ਕੌਣ ਸੀਗੇ ਸਰਦਾਰ ਵੱਲਭ ਭਾਈ ਪਟੇਲ ਇਹਨਾਂ ਦੀ ਬਰਥ ਅਨਿਵਰਸਰੀ ਅਬਜ਼ਰਵ ਕੀਤੀ ਗਈ 31 ਅਕਤੂਬਰ ਨੂੰ 1875 ਦੇ ਵਿੱਚ ਇਹਨਾਂ ਦੀ ਬਰਥ ਹੋਇਆ ਸੀ ਨੈਕਸਟ ਇੰਡੀਅਨ ਆਰਮੀ ਇੰਡੀਅਨ ਆਰਮੀ ਦੁਆਰਾ ਇੱਕ ਮੈਸੇਜਿੰਗ ਐਪਲੀਕੇਸ਼ਨ ਲਾਂਚ ਕੀਤੀ ਗਈ ਸੀ ਸਿਕਯੂਰ ਐਪਲੀਕੇਸ਼ਨ ਫਾਰ ਇੰਟਰਨੈਟ ਸਿਕਯੂਰ ਐਪਲੀਕੇਸ਼ਨ ਫਾਰ ਇੰਟਰਨੈਟ ਸਾਈ ਐਪਲੀਕੇਸ਼ਨ ਲਾਂਚ ਕੀਤੀ ਗਈ ਇੰਡੀਅਨ ਆਰਮੀ ਦੁਆਰਾ ਐਨਿਊਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ ਐਸਟਰਾ ਰਿਪੋਰਟ ਐਸਰ ਰਿਪੋਰਟ ਹੈ ਜਿਹੜੀ ਇਹ ਕਿਨਾਂ ਦੁਆਰਾ ਲਾਂਚ ਕੀਤੀ ਗਈ ਪ੍ਰਥਮ ਐਨਜੀਓ ਦੁਆਰਾ ਐਨਜੀਓ ਪ੍ਰਥਮ ਦੁਆਰਾ ਐਸਟਰਾ ਰਿਪੋਰਟ ਜਾਰੀ ਕੀਤੀ ਗਈ ਹੈ ਕੇ ਮਹੇਸ਼ਵਤਾ ਕੇ ਮਹੇਸ਼ਵਤਾ 10 ਸਾਲ ਦੀ ਲੜਕੀ ਹੈ ਇਹਨਾਂ ਨੂੰ ਬੈਸਟ ਚਾਈਲਡ ਯੰਗ ਐਕਟਰਸ ਅਵਾਰਡ ਦਿੱਤਾ ਗਿਆ ਬੈਸਟ ਚਾਈਲਡ ਯੰਗ ਐਕਟਰਸ ਅਵਾਰਡ ਕਿੱਥੇ ਲਾਸ ਵੇਗਸ ਮੂਵੀ ਅਵਾਰਡਸ ਦੇ ਵਿੱਚ ਲਾਸ ਵੇਗਸ ਮੂਵੀ ਅਵਾਰਡਸ ਦੇ ਵਿੱਚ ਫੋਰ ਹਰ ਰੋਲ ਇਨ ਮਲਿਆਲਮ ਸ਼ਾਰਟ ਫਿਲਮਸ ਮਲਿਆਲਮ ਸ਼ਾਰਟ ਫਿਲਮਸ ਦੇ ਵਿੱਚ ਇਹਨਾਂ ਦੇ ਕੰਮ ਕਰਕੇ ਇਹਨਾਂ ਨੂੰ ਬੈਸਟ ਚਾਈਲਡ ਐਕਟਰਸ ਅਵਾਰਡ ਦਿੱਤਾ ਗਿਆ ਨੈਕਸਟ ਹੈ ਯਸ਼ਵਰਧਨ ਕੁਮਾਰ ਸਨਹਾ ਨਾਮ ਇੰਪੋਰਟੈਂਟ ਬਣੇਗਾ ਵਾਈਕੇ ਸਨਹਾ ਜਾਂ ਯਸ਼ਵਰਧਨ ਕੁਮਾਰ ਸਨਹਾ ਨਵੇਂ ਸੀਆਈਸੀ ਅਪਾਇੰਟ ਕੀਤੇ ਗਏ ਨੇ ਇੰਡੀਆ ਦੇ ਨਵੇਂ ਸੀਆਈਸੀ ਅਪਾਇੰਟ ਕੀਤੇ ਗਏ ਨੇ ਵਾਈਕੇ ਸਨਹਾ ਯੂਪੀ ਦੇ ਗਵਰਨਰ ਨੇ ਆਨੰਦੀ ਬੈਨ ਪਟੇਲ ਇਹਨਾਂ ਦੁਆਰਾ ਇੱਕ ਬੁੱਕ ਰਿਲੀਜ਼ ਕੀਤੀ ਗਈ ਬਾਏ ਬਾਏ ਕਰੋਨਾ ਬਾਏ ਬਾਏ ਕਰੋਨਾ ਰਿਟਨ ਬਾਏ ਪ੍ਰਦੀਪ ਕੁਮਾਰ ਪ੍ਰਦੀਪ ਕੁਮਾਰ ਦੁਆਰਾ ਇਸ ਬੁੱਕ ਨੂੰ ਲਿਖਿਆ ਗਿਆ ਬਾਏ ਬਾਏ ਕੋਰੋਨਾ ਇਹਨਾਂ ਨੇ ਰਿਲੀਜ਼ ਕੀਤੀ ਹੈ ਅਨੰਦੀ ਬੈਨ ਪਟੇਲ ਨੇ ਨੈਕਸਟ ਹੈ ਐਸ اے ਬੌਬ ਦੇ ਸ਼ਰਦ ਅਰਵਿੰਦ ਬੌਬ ਦੇ ਇੰਡੀਆ ਦੇ ਸੀ ਜੀ ਆਈ ਨੇ ਯਾਨੀ ਕਿ ਚੀਫ ਜਸਟਿਸ ਇੰਡੀਆ ਦੇ ਚੀਫ ਜਸਟਿਸ ਕੌਣ ਨੇ ਸ਼ਰਦ ਅਰਵਿੰਦ ਬੌਬ ਦੇ 99 ਨੰਬਰ ਦੇ ਇਹ ਪੁੱਛਿਆ ਜਾ ਸਕਦਾ ਹੈ 47th ਨੰਬਰ ਦੇ ਚੀਫ ਜਸਟਿਸ ਨੇ ਇਹਨਾਂ ਨੇ ਨਿਆਇ ਕੌਸ਼ਲ ਨਿਆਇ ਕੌਸ਼ਲ ਇਨੋਗ੍ਰੇਟ ਕੀਤਾ ਜੋ ਕਿ ਇੰਡੀਆ ਦਾ ਪਹਿਲਾ ਈ ਰਿਸੋਰਸ ਸੈਂਟਰ ਹੈ इलैक्ट्रॉनिक रिसोर्स सेंटर किस दे ई फाइलिंग ऑफ दे केसिस ने लॉन्च किया शरद अरविंद बॉब ने एस बी आई स्टेट बैंक ऑफ इंडिया ने की पार्टनरशिप की एडकसल एडस एक एजुकेशन प्लेटफॉर्म है इस दे पार्टनरशिप की है टू ऑफर ओपन ऑनलाइन कोर्सिज नैक्सट है एस बी आई कार्ड द्वारा एस बी आई कार्ड द्वारा भी पार्टनरशिप की गई दिल्ली मैट्रो रेल कारपोरेशन के न SBI ਕਾਰਡਸ ਦੁਆਰਾ ਦਿੱਲੀ ਮੈਟਰੋ ਰੇਲ ਕੋਆਪਰੇਸ਼ਨ ਦੇ ਨਾਲ ਪਾਰਟਨਰਸ਼ਿਪ ਕੀਤੀ ਗਈ ਹੈ ਕਿਸ ਦੇ ਲਈ ਕੰਟੈਕਟਲੈਸ ਮਲਟੀਪਰਪਸ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਇੱਕ ਕ੍ਰੈਡਿਟ ਕਾਰਡ ਬਣਾਇਆ ਹੈ ਜਿਹੜਾ ਕਿ ਐਜ਼ ਅ ਕ੍ਰੈਡਿਟ ਕਾਰਡ ਵੀ ਕੰਮ ਕਰੇਗਾ ਔਰ ਐਜ਼ ਅ ਮੈਟਰੋ ਸਮਾਰਟ ਕਾਰਡ ਵੀ ਕੰਮ ਕਰੇਗਾ 2-in-1 ਕਹਿ ਸਕਦੇ ਹਾਂ ਤਾਂ ਨਿਊ ਦਿੱਲੀ ਦੇ ਵਿੱਚ SBI ਕਾਰਡਸ ਦਾ ਹੈੱਡਕੁਆਟਰ ਹੈ ਅਸ਼ਵਨੀ ਕੁਮਾਰ Tiwari SBI ਕਾਰਡ ਦੇ ਹੈੱਡ ਨੇ ਨੈਕਸਟ ਅ ਡਾਕੂਮੈਂਟਰੀ ਬੇਸਡ ਔਨ ਦਾ ਲਾਈਫ ਆਫ ਬੌਕਸਰ ਐਲ ਸਰੀਤਾ ਦੇਵੀ ਐਲ ਸਰੀਤਾ ਦੇਵੀ ਕਿਹੜੀ ਸਪੋਰਟਸ ਤੋਂ ਬਿਲੋਂਗ ਕਰਦੇ ਨੇ ਬੌਕਸਿੰਗ ਤੋਂ ਬਿਲੋਂਗ ਕਰਦੇ ਨੇ ਆਈ ਰਾਈਜ਼ ਮੂਵੀ ਬਣਾਈ ਗਈ ਸੀ ਇਹਨਾਂ ਦੀ ਲਾਈਫ ਸਟੋਰੀ ਦੇ ਉੱਤੇ ਇਸਨੇ ਆਊਟਸਟੈਂਡਿੰਗ ਅਚੀਵਮੈਂਟ ਅਵਾਰਡ ਊਮਨ ਆਊਟਸਟੈਂਡਿੰਗ ਅਚੀਵਮੈਂਟ ਅਵਾਰਡ ਦਿੱਤੇ ਹੈ ਟੈਗੋਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਟੈਗੋਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਜਿਸ ਨੂੰ ਵੈਸਟ ਬੰਗਾਲ ਦੇ ਵਿੱਚ ਹੈਲਡ ਕੀਤਾ ਗਿਆ ਠੀਕ ਹੈ ਇਸ ਤੋਂ ਇਲਾਵਾ ਮੂਵੀ ਦੇ ਡਾਇਰੈਕਟਰ ਦਾ ਨਾਮ ਯਾਦ ਰੱਖਣਾ ਬੌਰਨ ਥੌਕਚੋ ਬੌਰਨ ਟੌਕਚੋ ਨੈਕਸਟ ਡੀਬੀਐਸ ਬੈਂਕ ਡੀਬੀਐਸ ਬੈਂਕ ਡੀਬੀਐਸ ਬੈਂਕ ਹੈ ਜਿਹੜਾ ਸਿੰਗਾਪੁਰ ਦਾ ਹੈ ਕਿੱਥੇ ਹੈ ਸਿੰਗਾਪੁਰ ਦੇ ਵਿੱਚ ਹੈੱਡਕੁਆਟਰ ਹੈ ਡੀਬੀਐਸ ਬੈਂਕ ਨੂੰ ਸੇਫੇਸਟ ਬੈਂਕ ਇਨ ਏਸ਼ੀਆ ਨਾਮਿਤ ਕੀਤਾ ਗਿਆ ਲਗਾਤਾਰ 12ਵਾਂ ਸਾਲ ਲਗਾਤਾਰ 12ਵਾਂ ਸਾਲ ਸੇਫੇਸਟ ਬੈਂਕ ਇੰਡੀਆ ਦਾ ਕਿਹੜਾ ਬਣਿਆ ਹੈ ਡੀਬੀਐਸ ਬੈਂਕ ਕਿੱਥੇ ਹੈ ਸਿੰਗਾਪੁਰ ਦੇ ਵਿੱਚ ਨਿਊਯਾਰਕ ਦੀ ਆਰਗੇਨਾਈਜੇਸ਼ਨ ਦੁਬਾਰਾ ਇਸ ਨੂੰ ਜਾਰੀ ਕੀਤੀ ਜਾਂਦੀ ਇਸ ਰਿਪੋਰਟ ਨੂੰ ਔਰ ਕਿਹੜਾ ਬੈਂਕ ਬਣਿਆ ਡੀਬੀਐਸ ਬੈਂਕ ਨੈਕਸਟ ਇੰਡੀਆ ਇੰਡੀਆ ਕੀ ਕਰੇਗਾ ਅਰਥ ਆਬਜ਼ਰਵੇਸ਼ਨ ਸੈਟਲਾਈਟ ਲਾਂਚ ਕਰ ਰਿਹਾ ਹੈ ਅਰਥ ਆਬਜ਼ਰਵੇਸ਼ਨ ਸੈਟਲਾਈਟ ኢਓਐਸ 1 ኢਓਐਸ ਦੀ ਫੁੱਲ ਫਾਰਮ ਅਰਥ ਆਬਜ਼ਰਵੇਸ਼ਨ ਸੈਟਲਾਈਟ 01 ਲਾਂਚ ਕਰ ਰਿਹਾ ਹੈ 7 ਨਵੰਬਰ ਨੂੰ ਕਿਸ ਦੇ ਨਾਲ ਪੀਐਸਐਲਵੀ ਦੇ ਨਾਲ ਪੀਐਸਐਲਵੀ ਸੀ 49 ਦੀ ਹੈਲਪ ਦੇ ਨਾਲ ਈ OS 01 ਸੈਟੇਲਾਈਟ ਨੂੰ ਲਾਂਚ ਕੀਤਾ ਜਾਏਗਾ PSLV ਦੀ ਪਰਿਫਮ ਪੁੱਛੀ ਜਾ ਸਕਦੀ ਹੈ ਪੋਲਰ ਸੈਟੇਲਾਈਟ ਲਾਂਚ ਵੀਕਲ ਦੂਸਰਾ PSLV ਦਾ ਕਿੰਵਾਂ ਮਿਸ਼ਨ ਹੈ ਇਹ 51st ਮਿਸ਼ਨ ਹੈ ਜਿਸ ਨੂੰ ਲਾਂਚ ਕੀਤਾ ਜਾ ਰਿਹਾ ਹੈ ਔਰ ਇਸ ਸੈਟੇਲਾਈਟ ਦੇ ਨਾਲ ਨੋ ਕੰਸਿਊਮਰ ਸੈਟੇਲਾਈਟਸ ਨੂੰ ਵੀ ਭੇਜਿਆ ਜਾਏਗਾ ਨੈਕਸਟ ਇੰਡੀਆ ਔਰ ਕੰਬੋਡੀਆ ਨੇ ਐਗਰੀਮੈਂਟ ਸਾਈਨ ਕੀਤਾ ਇਨ ਦਾ ਫੀਲਡ ਆਫ ਮੈਡੀਸਿਨ ਐਂਡ ਹੈਲਥ ਮੈਡੀਸਿਨ ਔਰ ਹੈਲਥ ਦੇ ਸੈਕਟਰ ਦੇ ਵਿੱਚ ਕੰਬੋਡੀਆ ਦੇ ਨਾਲ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ ਹੈ ਫਨੋਮਪੇ ਕੈਪੀਟਲ ਹੈ ਕਰੰਸੀ ਰੀਅਲ ਚੱਲਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਮੈਡੀਸਿਨ ਤਾਂ ਤੁਹਾਨੂੰ ਯਾਦ ਹੋਵੇਗਾ ਨੀਦਰਲੈਂਡ ਦੇ ਨਾਲ ਵੀ ਐਗਰੀਮੈਂਟ ਸਾਈਨ ਕੀਤਾ ਸੀ ਨੀਦਰਲੈਂਡ ਦੇ ਨਾਲ ਈ ਮੈਡੀਕਲ ਫੈਸਿਲਿਟੀਆਂ ਦੇ ਲਈ ਐਗਰੀਮੈਂਟ ਸਾਈਨ ਕੀਤਾ ਸੀ ਇੰਡੀਆ ਨੇ ਨੈਕਸਟ ਇੰਡੀਆ ਨੇ ਯੂਕੇ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਗਿਫਟ ਸਿਟੀਆਂ ਡਿਵੈਲਪ ਕਰਨ ਲਈ ਇੰਡੀਆ ਦੇ ਵਿੱਚ ਗਿਫਟ ਸਿਟੀਆਂ ਨੂੰ ਡਿਵੈਲਪ ਕਰਨ ਦੇ ਲਈ ਯੂਕੇ ਦੇ ਨਾਲ ਪਾਰਟਨਰਸ਼ਿਪ ਕੀਤੀ ਗਈ ਹੈ गिफ्ट फुल फॉर्म है गुजरात इंटरनेशनल फाइनेंशियल टेक्नोलॉजी गुजरात इंटरनेशनल फाइनेंशियल टेक्नोलॉजी नेक्स्ट है इंडिया पोस्ट इंडिया पोस्ट ने यूएसए पोस्टल सर्विस पार्टनरशिप की इंडिया पोस्ट पार्टनरशिप विद यूएस पोस्टल सर्विस एंटर इनटू एन एग्रीमेंट फॉर द इलेक्ट्रॉनिक एक्सचेंज ऑफ कस्टम डाटा कस्टम डाटा एक्सचेंज करने के लिए एग्रीमेंट साइन किया गया इंडिया और यूएसए का सऊदी अरेबिया सऊदी अरेबिया ने ट्वेंटी बे, रियाल बैंक नोट जिस तरीके अपने करंसी रुपीज है तो बी रुपए का नोट उस तरीके उ करंसी रियाल है तो बी रियाल का बैंक नोट रिलीज़ किया इन्होंने जी ट्वेंटी समिट की प्रेजेंसी कमेमोरेट करने के लिए जी ट्वेंटी समिट की प्रेजेंसी नमैमोरेट करने तेलंगाना ने धरानी पोर्टल लॉन्च किया ਤెలంగాణਾ ਚੀਫ ਮਿਨਿਸਟਰ ਕੇ ਚੰਦਰ ਸ਼ੇਖਰ ਰਾਓ ਨੇ ਇਹਨਾਂ ਦੁਆਰਾ ਧਰਾਨੀ ਪੋਰਟਲ ਲਾਂਚ ਕੀਤਾ ਗਿਆ ਕ腐ਸ਼ਨ ਨੂੰ ਖਤਮ ਕਰਨ ਦੇ ਲਈ ਬੇਸਿਕਲੀ ਲੈਂਡ ਰਜਿਸਟ੍ਰੇਸ਼ਨ ਦੇ ਵਿੱਚ ਕ腐ਸ਼ਨ ਹੈ ਉਸ ਨੂੰ ਰੋਕਣ ਦੇ ਲਈ ਖਤਮ ਕਰਨ ਦੇ ਲਈ ਧਰਾਨੀ ਪੋਰਟਲ ਗੁਜਰਾਤ ਦੇ ਪੁਰਾਣੇ ਚੀਫ ਮਿਨਿਸਟਰ ਕੇਸ਼ੂ ਭਾਈ ਪਟੇਲ ਕੇਸ਼ੂ ਭਾਈ ਪਟੇਲ ਦੀ ਡੈਥ ਹੋ ਗਈ ਹੈ ਯੂਪੀ ਨੇ ਕੀ ਕੀਤਾ ਡਿਜੀਟਲ ਲਾਇਬ੍ਰੇਰੀ ਲਾਂਚ ਕੀਤੀ ਯੂਪੀ ਨੇ ਡਿਜੀਟਲ ਲਾਇਬ੍ਰੇਰੀ ਲਾਂਚ ਕੀਤੀ ਤਾਂਕਿ ਸਟੂਡੈਂਟਸ ਦੀ ਹੈਲਪ ਕੀਤੀ ਜਾ ਸਕੇ ਹਾਇਰ ਐਜੂਕੇਸ਼ਨ ਦੇ ਵਿੱਚ higher education ਦੇ ਵਿੱਚ students ਨੂੰ content provide ਕੀਤਾ ਜਾ ਸਕੇ ਜਿਹੜੇ ਗਰੀਬ students ਨੇ ਉਹਨਾਂ ਨੂੰ easily content provide ਕੀਤਾ ਜਾ ਸਕੇ ਨੈਕਸਟ ਹੈ ਮਹਾਰਾਸ਼ਟਰ ਮਹਾਰਾਸ਼ਟਰ ਗਵਰਨਮੈਂਟ ਨੇ ਇਲੈਕਟ੍ਰਿਕ ਪੋਟਰੀ ਵੀਲਸ ਡਿਸਟ੍ਰੀਬਿਊਟ ਕੀਤੇ ਨੇ ਦੀਵਾਲੀ ਆ ਰਹੀ ਹੈ ਦੀਵਾਲੀ ਦੇ ਵਿੱਚ ਪੋਟਰੀ ਵੀਲਸ ਦੀ ਕਾਫੀ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਤਾਂ ਇਲੈਕਟ੍ਰਿਕ ਪੋਟਰੀ ਵੀਲਸ ਡਿਸਟ੍ਰੀਬਿਊਟ ਕੀਤੇ ਨੇ কুমਹਾਰ ਸਸ਼ਕਤੀਕਰਨ ਯੋਜਨਾ ਦੇ ਅੰਦਰ কুমਹਾਰ ਸਸ਼ਕਤੀਕਰਨ ਯੋਜਨਾ ਕਿੱਥੇ ਦੀ ਹੈ ਮਹਾਰਾਸ਼ਟਰ ਦੀ ਹੈ ਨੈਕਸਟ ਸਟੈਡਿਕ ਪੋਰਸ਼ਨ ਦੇ ਵਿੱਚ ਅਰਜੁਨ ਅਵਾਰਡਸ ਆਪਾਂ ਡਿਸਕਸ ਕਰ ਰਹੇ ਹਾਂ ਅਰਜੁਨ ਅਵਾਰਡ ਦੇ ਵਿੱਚ ਆਪਾਂ ਨੇ 14 ਅਵਾਰਡ ਡਿਸਕਸ ਕਰ ਚੁੱਕੇ ਹਾਂ 27 ਅਵਾਰਡ ਟੋਟਲ ਦਿੱਤੇ ਗਏ ਨੇ ਉਸ ਤੋਂ ਬਾਅਦ ਸੱਤ ਅੱਜ ਡਿਸਕਸ ਕਰ ਰਹੇ ਹਾਂ ਕਿਹੜੇ ਕਿਹੜੇ ਅਤਨੂ ਦਾਸ ਸਭ ਤੋਂ ਪਹਿਲੇ ਅਤਨੂ ਦਾਸ ਨੂੰ ਆਰਚਰੀ ਦੇ ਲਈ ਅਰਜੁਨ ਅਵਾਰਡ ਦਿੱਤਾ ਗਿਆ ਅਦਿਤੀ ਅਸ਼ੋਕ ਨੂੰ 골ਫ ਦੇ ਲਈ ਅਰਜੁਨ ਅਵਾਰਡ ਦਿੱਤਾ ਗਿਆ ਦੋਨੋਂ ਨਾਮ ਕਾਫੀ ਇੰਪੋਰਟੈਂਟ ਬਣਨਗੇ ਅਤਨੂ ਦਾਸ ਆਰਚਰੀ ਅਦਿਤੀ ਅਸ਼ੋਕ 골ਫ ਦੇ ਵਿੱਚ ਦਿਵਯ ਕਾਕਰਮ ਔਰ ਰਾਹੁਲ ਅਵਾਰੇ ਦਿਵਿਆ ਕਾਕਰਮ ਔਰ ਰਾਹੁਲ ਅਵਾਰੇ ਦੋਨਾਂ ਨੂੰ ਰੈਸਲਿੰਗ ਦੇ ਲਈ ਦਿੱਤਾ ਗਿਆ ਰੈਸਲਿੰਗ ਦੇ ਵਿੱਚ ਦਿਵਿਆ ਕਾਕਰਨ ਔਰ ਰਾਹੁਲ ਅਵਾਰੇ ਨੂੰ ਅਰਜੁਨ ਅਵਾਰਡ ਦਿੱਤਾ ਗਿਆ ਇਸ ਤੋਂ ਇਲਾਵਾ ਕਾਲੇ ਸ਼ਰੀਕਾ ਸੁਧਾਕਰ ਖੋਖੋ ਦੇ ਲਈ ਖੋਖੋ ਦੇ ਲਈ ਕਾਲੇ ਸ਼ਰੀਕਾ ਸੁਧਾਕਰ ਖੋਖੋ ਦੇ ਵਿੱਚ ਅਰਜੁਨ ਅਵਾਰਡ ਦੀਪਕ ਦੀਪਕ ਨੂੰ ਕਬੱਡੀ ਦੇ ਵਿੱਚ ਕਬੱਡੀ ਦੇ ਲਈ ਦੀਪਕ ਨੂੰ ਅਰਜੁਨ ਅਵਾਰਡ ਪਲੱਸ ਦੱਤੂ ਬਬਨ ਭੋਕਨਾਲ ਦੱਤੂ ਭਵਨ ਭੋਕਨਾਲ ਰੋਇੰਗ ਦੇ ਲਈ ਰੋਇੰਗ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਬੋਟ ਬੋਟ ਹੁੰਦੀ ਹੈ ਬੋਡਰ ਰੇਸ ਨੂੰ ਕਿਹਾ ਜਾਂਦਾ ਹੈ ਤਾਂ ਰੋਇੰਗ ਦੇ ਵਿੱਚ ਦੱਤੂ ਭਵਨ ਭੋਕਨਾਲ ਠੀਕ ਹੈ ਜੀ ਸੱਤ ਨਾਮ ਆਪਾਂ ਡਿਸਕਸ ਕਰ ਲਏ ਸੱਤ ਪਹਿਲੇ ਡਿਸਕਸ ਕੀਤੇ ਸੀ ਤੇ ਸੱਤ ਤੋਂ ਪਹਿਲੇ ਡਿਸਕਸ ਕੀਤੇ ਸੀ ਯਾਨੀ ਕਿ ਟੋਟਲ 21 ਡਿਸਕਸ ਕਿਤੇ ਨੇ ਕੱਲ ਵੀ ਸੇਮ ਨਾਮ ਡਿਸਕਸ ਕਰਾਂਗੇ 21 ਨਾਮ ਆਪਾਂ ਡਿਸਕਸ ਕਰ ਲਾਂਗੇ ਉਸ ਤੋਂ ਬਾਅਦ 6 ਰਹਿ ਜਾਣਗੇ ਆਪਣੇ ਉਹ ਆਪਾਂ ਦੁਬਾਰਾ ਡਿਸਕਸ ਕਰਾਂਗੇ ਠੀਕ ਹੈ ਜੀ ਔਰ ਜੁਨ ਅਵਾਰਡ ਸਾਰੇ ਯਾਦ ਹੋਣੇ ਚੀਜ਼ਾਂ ਨੇ ਆਪਾਂ ਨੂੰ इस तु तो अलावा राजीव गांधी खेल रत्न अवार्ड आप डिस्कस कर लेने उन्होंने तो बाद द्रोणाचार्य अवार्ड और होर भी जिन्हें अवार्ड से सारे डिसकस करा सब तो पहले नैक्सट अजी फस्ट न्यूज डिस्कस करते हैं फर्स्ट क्वेश्चन अपना वर्ल्ड सिटीज डे वर्ल्ड सिटीज डे किस दिन ओबजर्व किया गया वर्ल्ड सिटीज डे उसे दिन ओबजरव किया गया जिस दिन हमने आप डस किया यूनिटी डे थर्टी फसट 21st ਅਕਤੂਬਰ ਨੂੰ ਵਰਲਡ ਸਿਟੀਜ਼ ਡੇ ਅਬਜ਼ਰਵ ਕੀਤਾ ਗਿਆ ਥੀਮ ਰਹੀ ਹੈ ਵੈਲਿਊਇੰਗ ਵੈਲਿਊਇੰਗ आवर ਕਮਿਊਨਿਟੀਜ਼ ਐਂਡ ਸਿਟੀਜ਼ ਵੈਲਿਊਇੰਗ आवर ਕਮਿਊਨਿਟੀਜ਼ ਐਂਡ ਸਿਟੀਜ਼ ਇਸ ਦਿਨ ਦੀ ਥੀਮ ਰਹੀ ਹੈ ਠੀਕ ਹੈ ਹਰ ਸਾਲ ਵਰਲਡ ਸਿਟੀਜ਼ ਡੇ ਕਦੋਂ ਅਬਜ਼ਰਵ ਕੀਤਾ ਜਾਂਦਾ ਹੈ 31st ਅਕਤੂਬਰ ਨੂੰ ਅਬਜ਼ਰਵ ਕੀਤਾ ਜਾਂਦਾ ਹੈ 21st 23rd ਅਕਤੂਬਰ স্নੋ ਲਾਇਓਪਰ ਡੇ স্নੋ ਲਾਇਓਪਰ ਡੇ ਅਬਜ਼ਰਵ ਕੀਤਾ ਗਿਆ ਸੀ 24th ਅਕਤੂਬਰ ਨੂੰ United Nations Day ਸਪਰਿੰਗ ਦਾ ਇੰਪੋਰਟੈਂਟ ਸੀਗਾ United Nations Day 21st October ਨੂੰ observe ਕੀਤਾ ਗਿਆ ਸੀ ਠੀਕ ਹੈ 28th October ਨੂੰ International Animation Day observe ਕੀਤਾ ਗਿਆ ਸੀ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਡੇਸ ਆਪਣੇ ਸਕਿੱਪ ਹੋ ਗਏ ਸੀ ਡਿਸਕਸ ਕਰਾਂਗੇ ਸਭ ਤੋਂ ਪਹਿਲੇ 30th October ਨੂੰ ਕਾਫੀ ਇੰਪੋਰਟੈਂਟ ਨਾਮ ਇੰਡੀਆ ਦੇ ਲਈ ਹੋਮੀ ਜੇ ਬਾਬਾ ਹੋਮੀ ਜੇ ਭਾਬਾ ਬੇਸਿਕਲੀ ਇੰਡੀਆ ਦੇ ਵਿੱਚ ਜਿਹੜੀ ਨਿਊਕਲੀਅਰ એનર્ਜੀ ਹੈ ਯਾ ਇੰਡੀਆ ਦਾ ਨਿਊਕਲੀਅਰ ਪ੍ਰੋਗਰਾਮ ਨੇ ਜਿਹੜੇ ਉਹਨਾਂ ਦੇ ਫਾਦਰ ਦੇ ਨਾਮ ਤੋਂ ਜਾਣੇ ਜਾਂਦੇ ਸਭ ਤੋਂ ਪਹਿਲੇ ਇਹਨਾਂ ਦੁਆਰਾ ਸ਼ੁਰੂ ਕੀਤੇ ਗਏ ਸੀ ਇਹਨਾਂ ਦਾ ਨਾਮ ਹੈ ਹੋਮੀ ਜੇ ਬਾਬਾ ਇਹਨਾਂ ਦੀ ਬਰਥ ਐਨੀਵਰਸਰੀ ਆਬਜ਼ਰਵ ਕੀਤੀ ਗਈ 111ਵੀਂ ਬਰਥ ਐਨੀਵਰਸਰੀ 1909 ਦੇ ਵਿੱਚ ਇਹਨਾਂ ਦਾ ਬਰਥ ਹੋਇਆ ਸੀ 30th ਅਕਤੂਬਰ ਨੂੰ ਇਹਨਾਂ ਦੀ ਬਰਥ ਐਨੀਵਰਸਰੀ ਆਬਜ਼ਰਵ ਕੀਤੀ ਗਈ ਠੀਕ ਹੈ ਜੀ ਇਸ ਤੋਂ ਇਲਾਵਾ ਇਹਨਾਂ ਦੇ ਬਾਰੇ ਯਾਦ ਰੱਖਣੇ ਕਿ ਇਹਨਾਂ ਨੂੰ ਪਦਮ ਭੂਸ਼ਣ ਦਿੱਤਾ ਗਿਆ ਸੀ ਪਦਮ ਭੂਸ਼ਣ 1954 ਦੇ ਵਿੱਚ ਪਦਮ ਭੂਸ਼ਣ ਇਹਨਾਂ ਨੂੰ 1954 ਦੇ ਵਿੱਚ ਦਿੱਤਾ ਗਿਆ ਸੀ ਨੈਕਸਟ 31 ਅਕਤੂਬਰ ਨੂੰ ਹੀ ਇੰਦਰਾ ਗਾਂਧੀ ਇੰਡੀਆ ਦੀ ਓਨਲੀ ਊਮਨ ਪ੍ਰਾਈਮ ਮਿਨਿਸਟਰ ਇੰਡੀਆ ਦੇ ਓਨਲੀ ਊਮਨ ਪ੍ਰਾਈਮ ਮਿਨਿਸਟਰ ਦੀ ਡੈਥ ਹੋਈ ਸੀ ਇੰਡੀਆ ਦੇ ਓਨਲੀ ਊਮਨ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੂੰ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ 31 ਅਕਤੂਬਰ 1984 ਦੇ ਵਿੱਚ 1984 ਦੇ ਵਿੱਚ 1984 ਦੇ ਜਿਹੜੇ ਦੰਗੇ ਸੀਗੇ ਉਸ ਟਾਈਮ ਦੀ ਗੱਲ ਹੈ ਤਾਂ 31 ਅਕਤੂਬਰ 1984 ਦੇ ਵਿੱਚ ਇੰਦਰਾ ਗਾਂਧੀ ਦੀ ਡੈਥ ਹੋਈ ਸੀ ਠੀਕ ਹੈ ਅੱਛਾ 1984 ਦੇ ਦੰਗਿਆਂ ਦੇ ਉੱਤੇ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ ਰੀਸੈਂਟਲੀ ਸਰਪ੍ਰੀਤ ਸਿੰਘ ਦੁਆਰਾ ਅਪਾ ਡਿਸਕਸ ਕੀਤੀ ਸੀ ਸਰਪ੍ਰੀਤ ਸਿੰਘ ਦੁਆਰਾ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ ਬੁੱਕ ਦਾ ਨਾਮ ਦੱਸਨੇ ਨੈਕਸਟ ਹੈ 15th ਫਾਈਨੈਂਸ ਕਮਿਸ਼ਨ ਜਿਹੜਾ 15th ਫਾਈਨੈਂਸ ਕਮਿਸ਼ਨ ਹੈ ਜਿਹੜਾ ਫਾਈਨੈਂਸ ਕਮਿਸ਼ਨ ਹੈ ਬੇਸਿਕਲੀ 5 ਸਾਲਾਂ ਦੀ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਇਹ ਆਪਣੀ ਰਿਪੋਰਟ ਹੁਣ ਫਾਈਨਲੀ ਕੀ ਕਰ ਰਿਹਾ ਸਬਮਿਟ ਕਰ ਰਿਹਾ ਸਬਮਿਟ ਕਰੇਗਾ 9th ਨਵੰਬਰ ਨੂੰ ਪ੍ਰੈਜ਼ੀਡੈਂਟ ਨੂੰ 15 ਇਸ ਪਹਿਲਾਂ ਤਾਂ ਸਟੈਟਿਕ ਫਾਰਮ ਦੇ ਵਿੱਚ ਯਾਦ ਰੱਖਣਾ ਹੈ ਫਾਈਨੈਂਸ ਕਮਿਸ਼ਨ ਦੀ ਰਿਪੋਰਟ ਕਿਹਨਾਂ ਨੂੰ ਦਿੱਤੀ ਜਾਂਦੀ ਹੈ ਪ੍ਰੈਜ਼ੀਡੈਂਟ ਨੂੰ ਫਾਈਨੈਂਸ ਕਮਿਸ਼ਨ ਕੌਣ ਅਪਾਇੰਟ ਕਰਦਾ ਹੈ ਪ੍ਰੈਜ਼ੀਡੈਂਟ ਅਪਾਇੰਟ ਕਰਦੇ ਨੇ ਫਾਈਨੈਂਸ ਕਮਿਸ਼ਨ ਇੱਕ ਸਟੈਚੂਟਰੀ ਬੋਡੀ ਹੈ ਜਾਂ ਕਨਸਟੀਟਿਊਸ਼ਨਲ ਬੋਡੀ ਹੈ ਇਹ ਕਨਸਟੀਟਿਊਸ਼ਨਲ ਬੋਡੀ ਹੈ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ ਆਰਟੀਕਲ ਨੰਬਰ 280 280 ਆਰਟੀਕਲ ਦੇ ਵਿੱਚ ਫਾਈਨੈਂਸ ਕਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ ਪੰਜ ਮੈਂਬਰ ਹੁੰਦੇ ਨੇ ਯਾਦ ਰੱਖਣੇ ਕਿੰਨਾਮਾ ਫਾਈਨੈਂਸ ਕਮਿਸ਼ਨ ਹੈ 15th ਫਾਈਨੈਂਸ ਕਮਿਸ਼ਨ ਹੈ ਜਿਹੜੀ ਕਿ ਆਪਣੀ ਰਿਪੋਰਟ ਦੇਣ ਜਾ ਰਹੀ ਹੈ ਠੀਕ ਹੈ ਕਨਸਟੀਟਿਊਸ਼ਨਲ ਬੋਡੀ ਹੈ ਔਰ ਐਡਵਾਈਜ਼ਰੀ ਬੋਡੀ ਹੈ ਐਡਵਾਈਸ ਕਰਦਾ ਹੈ ਇਹ ਸਰਕਾਰ ਨੇ ਮੰਨਣਾ ਨਾ ਮੰਨਣਾ ਸਰਕਾਰ ਦੀ ਮਰਜ਼ੀ ਹੁੰਦੀ ਹੈ 2021 ਤੋਂ ਲੈ ਕੇ 2025 ਤੱਕ ਦੀ 21 22 ইয়ার ਦੀ ਤੋਂ ਲੈ ਕੇ 2025 26 ਤੱਕ ਦੇ ਲਈ ਫਾਈਨੈਂਸ ਕਮਿਸ਼ਨ ਦੀ ਰਿਪੋਰਟ ਸਬਮਿਟ ਕੀਤੀ ਜਾ ਰਹੀ ਹੈ ਆਪਣਾ ਕੁਐਸਚਨ ਹੈ ਕਿ ਚੇਅਰਮੈਨ ਕੌਣ ਨੇ 15th ਫਾਈਨੈਂਸ ਕਮਿਸ਼ਨ ਦੇ ਚੇਅਰਮੈਨ ਨੇ ਫਰਸਟ অপਸ਼ਨ ਐਨ ਕੇ ਸਿੰਘ ਡਾਕਟਰ ਐਨ ਕੇ ਸਿੰਘ फिफटीन फाइनैंस कमीशन के चेयरपर्सन ने ठीक है जी याद रखना इस तु तो इलावा वाई भी रेड्डी का नाम याद रखना है फोटेंथ फाइनैंस कमीशन के चेयरपर्सन फोटीन फाइनैंस कमीशन के चेयरपर्सन कौन सॉक्टर si? वाई भी रेड्डी डॉक्टर वाई भी रेड्डी अच्छा एन के सिंह रीसेंटली न्यूज़ रहे बुक रिज की गई थाना ऑटोबायोग्राफी इनाटोबायोग्राफी रिज की गई थी पोरटरेट्स ऑफ पावर पोरटरेट्स ऑफ ਪਾਵਰ ਬੁੱਕ ਦਾ ਨਾਮ ਯਾਦ ਰੱਖਣਾ ਇੰਪੋਰਟੈਂਟ ਰਹੇਗਾ ਨਿਊਜ਼ ਦੇ ਵਿੱਚ ਹੈ ਕੁਐਸਚਨ ਐਗਜ਼ਾਮ ਦੇ ਵਿੱਚ ਪੱਕਾ ਪੁੱਛਿਆ ਜਾਏਗਾ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਇਹ ਐਨ ਕੇ ਸਿੰਘ ਪੋਰਟਰੇਟਸ ਆਫ ਪਾਵਰ ਜੀ ਸੀ ਮੁਰਮੂ ਰੀਸੈਂਟਲੀ ਕੈਗ ਅਪਾਇੰਟ ਕੀਤੇ ਗਏ ਨੇ ਇੰਡੀਆ ਦੇ ਨਵੇਂ ਕੈਗ ਕੰਟਰੋਲਰ ਐਂਡ ਆਡੀਟਰ ਜਰਨਲ ਜੀ ਸੀ ਮੁਰਮੂ ਨੇ ਨਵੇਂ ਸੀ ਆਈ ਸੀ ਅਪਾਇੰਟ ਕੀਤੇ ਗਏ ਨੇ ਚੀਫ ਇਨਫੋਰਮੇਸ਼ਨ ਕਮਿਸ਼ਨਰ ਯਸ਼ਵਰਦਨ ਕੁਮਾਰ ਸਨਹਾ ਯਸ਼ਵਰਦਨ ਕੁਮਾਰ ਸਨਹਾ ਨਵੇਂ ਸੀ ਆਈ ਸੀ बिमल जुलका सीआईसी होंगे सी अपॉइंट किया गया इन्हों चेयरमैन अपॉइंट किया गया है इंडिया फैटेसी स्पोर्ट्स का फैडरेशन ऑफ इंडिया फैटेसी स्पोर्ट्स इंडिया फैटेसी स्पोर्ट्स के नवे चेयरपर्सन अपने बीमल जुलका नैक्सट पीओडिक लेबर फोर्स सर्वे पीरियोडिक लेबर फोर्स सर्वे ਇਹ ਕਿੰਨਾ ਦੁਆਰਾ ਜਾਰੀ ਕੀਤਾ ਗਿਆ ਰੀਸੈਂਟਲੀ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਹੈ ਕਾਫੀ ਜ਼ਿਆਦਾ ਐਗਜ਼ਾਮ ਦੇ ਵਿੱਚ ਇਸੇ ਤਰੀਕੇ ਨਾਲ ਕੁਐਸਚਨ ਪੁੱਛੇ ਜਾਂਦੇ ਨੇ ਫੋਰ ਐਗਜ਼ਾਮਪਲ ਇੱਕ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਈਜ਼ ਆਫ ਡੂਇੰਗ ਬਿਜ਼ਨਸ ਰੈਂਕਿੰਗ ਕਿੰਨਾ ਦੁਆਰਾ ਜਾਰੀ ਕੀਤੀ ਜਾਂਦੀ ਹੈ ਈਜ਼ ਆਫ ਡੂਇੰਗ ਬਿਜ਼ਨਸ ਰੈਂਕਿੰਗ ਵਰਲਡ ਬੈਂਕ ਦੁਆਰਾ ਜਾਰੀ ਕੀਤੀ ਜਾਂਦੀ ਹੈ ਠੀਕ ਹੈ ਉਸੇ ਤਰੀਕੇ ਨਾਲ ਪੀਰੀਆਡਿਕ ਲੇਬਰ ਫੋਰਸ ਸਰਵੇ ਪੀਰੀਆਡਿਕ ਲੇਬਰ ਫੋਰਸ ਸਰਵੇ ਕਿੰਨਾ ਦੁਆਰਾ ਜਾਰੀ ਕੀਤਾ ਗਿਆ ਐਨਐਸਓ ਦੁਆਰਾ ਨੈਸ਼ਨਲ ਸਟੈਟਿਸਟਿਕਲ ਆਫਿਸ ਨੈਸ਼ਨਲ ਸਟੈਟਿਸਟਿਕਲ ਆਫਿਸ ਜਿਹੜਾ ਇੰਡੀਆ ਦਾ ਨੈਸ਼ਨਲ ਸਟੈਟਿਸਟਿਕਲ ਆਫਿਸ ਹੈ ਬੇਸਿਕਲੀ ਇਹ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿਸ ਦੇ ਅੰਦਰ ਆਉਂਦਾ ਹੈ ਇਹ ਅੰਦਰ ਆਉਂਦਾ ਹੈ ਉਸ ਦੇ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮਿਨਿਸਟਰੀ ਦੇ ਮੋਸਪੀ ਮਿਨਿਸਟਰੀ ਕਿਹਾ ਜਾਂਦਾ ਹੈ ਇਸ ਨੂੰ ਮੋਸਪੀ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਇਸ ਮਿਨਿਸਟਰੀ ਦੇ ਅੰਦਰ ਆਉਂਦਾ ਹੈ ਇਹ ਮਿਨਿਸਟਰੀ ਕਿੰਨਾ ਦੇ ਲਵੇ ਹੈ ਇਹ ਮਿਨਿਸਟਰੀ ਹੈ ਰਾਓ ਇੰਦਰਜੀਤ ਸਿੰਘ ਦੇ ਲਵੇ ਰਾਓ ਇੰਦਰਜੀਤ ਸਿੰਘ ਗੁਰੂਗ੍ਰਾਮ ਹਰਿਆਣਾ ਤੋਂ ਲੋਕ ਸਭਾ ਐਮਪੀ ਨੇ ਇਸ ਤੋਂ ਇਲਾਵਾ ਸਟੈਟਿਸਟਿਕਸ ਦੀ ਗੱਲ ਆਈ ਤਾਂ ਰੀਸੈਂਟਲੀ ਨੈਸ਼ਨਲ ਸਟੈਟਿਸਟਿਕਸ ਡੇ 29th ਜੂਨ ਨੂੰ ਅਬਜ਼ਰਵ ਕੀਤਾ ਗਿਆ ਸੀ ਆਪਾਂ ਰੀਸੈਂਟਲੀ ਡਿਸਕਸ ਕੀਤਾ ਸੀ ਕਿਉਂ ਡਿਸਕਸ ਕੀਤਾ ਸੀ ਕਿਉਂਕਿ ਵਰਲਡ ਸਟੈਟਿਸਟਿਕਸ ਡੇ ਅਕਤੂਬਰ ਦੇ ਵਿੱਚ ਅਬਜ਼ਰਵ ਕੀਤਾ ਗਿਆ ਵਰਲਡ ਸਟੈਟਿਸਟਿਕਸ ਡੇ ਕਮੈਂਟ ਬਾਕਸ ਦੇ ਵਿੱਚ ਦੱਸਨੇ ਵਰਲਡ ਸਟੈਟਿਸਟਿਕਸ ਡੇ ਕਦੋਂ ਅਬਜ਼ਰਵ ਕੀਤਾ ਗਿਆ ਜਿਹੜਾ ਇੰਡੀਆ ਨੈਸ਼ਨਲ ਸਟੈਟਿਸਟਿਕਸ ਡੇ ਅਬਜ਼ਰਵ ਕਰਦਾ ਹੈ 29th ਜੂਨ ਨੂੰ ਕਿਉਂ ਅਬਜ਼ਰਵ ਕਰਦਾ ਹੈ ਪੀਸੀ ਮਹਲਨ ਆਬੀਸਲੀ ਬਰਥ ਐਨੀਵਰਸਰੀ ਇੰਡੀਆ ਦੇ ਕਾਫੀ ਇੰਪੋਰਟੈਂਟ ਸਟੈਟਿਸਟਿਸਟਿਕਸ ਕਿਹਨ ਸੀਗੇ ਪੀਸੀ ਮਹਿਲਨੋਬਿਸ ਇਹਨਾਂ ਦੇ ਬਰਥ ਐਨੀਵਰਸਰੀ ਦੇ ਨਾਮ ਤੇ ਅਬਜ਼ਰਵ ਕੀਤਾ ਜਾਂਦਾ ਹੈ ਰੀਸੈਂਟਲੀ ਪ੍ਰਥਮ ਦੇ ਬਾਰੇ ਵਿੱਚ ਡਿਸਕਸ ਕੀਤਾ ਸੀ ਐਸਰ ਸਰਵੇ ਅੱਜ ਵੀ ਡਿਸਕਸ ਕਰਕੇ ਛੱਡੇ ਆਨਿਊਅਲ ਸਰਵੇ ਆਫ ਐਜੂਕੇਸ਼ਨ ਰਿਪੋਰਟ ਕਿਨਾਂ ਦੁਆਰਾ ਪ੍ਰਥਮ ਨਾਮ ਦੇ ਐਨਜੀਓ ਦੁਆਰਾ ਜਾਰੀ ਕੀਤੀ ਜਾਂਦੀ ਹੈ ਆਈਐਲਓ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਇੰਡੀਆ ਰੀਸੈਂਟਲੀ ਇਸ ਦਾ ਚੇਅਰਮੈਨ ਬਣੇ ਕਿੰਨੇ ਸਾਲਾਂ ਬਾਅਦ पैंती साल बाद इंडिया के लेबर एंड एम्पलॉयमेंट सेक्रेटरी की नाम है उन्होंने ना अपूर्व चंद्र अपूर्व चंद्र चेयरमैन अपॉइंट किए गए हैं आई एल ओ देख है जी याद रखने लेबर मिनिस्ट्री संतोष कुमार गंगवार ने लगे है बरेली उत्तर प्रदेश तो लोग सभा एम पी ने नैक्सट विच मूवी हैज़ वोन बेस्ट मूवी अवॉर्ड एट फोर्टीनथ एनुअल एशियन फिल्म अवार्ड फोर्टीन ਐਨਿਊਅਲ ਏਸ਼ੀਅਨ ਫਿਲਮ ਅਵਾਰਡਸ ਸੈਸ਼ਨ ਪਸੰਦ ਆਇਆ ਨਾ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਔਰ ਲਾਈਕ ਜ਼ਰੂਰ ਕਰ ਦਿਓ ਬੈਸਟ ਮੂਵੀ ਅਵਾਰਡ ਦੀ ਅਗਰ ਆਪਾਂ ਗੱਲ ਕਰੀਏ ਬੈਸਟ ਮੂਵੀ ਅਵਾਰਡ ਦਿੱਤਾ ਗਿਆ 14th ਐਨਿਊਅਲ ਏਸ਼ੀਅਨ ਫਿਲਮ ਅਵਾਰਡਸ ਦੇ ਵਿੱਚ ਕਿਸ ਨੂੰ ਦਿੱਤਾ ਗਿਆ ਗਲੀ ਬாய் ਨੂੰ ਗਲੀ ਬாய் ਨੂੰ 14th ਐਨਿਊਅਲ ਏਸ਼ੀਅਨ ਫਿਲਮ ਅਵਾਰਡਸ ਦੇ ਵਿੱਚ ਬੈਸਟ ਮੂਵੀ ਦਾ ਅਵਾਰਡ ਦਿੱਤਾ ਗਿਆ ਠੀਕ ਹੈ ਇਹ ਉਹੀ ਮੂਵੀ ਹੈ ਜਿਸ ਨੂੰ ਆਈਫਾ ਅਵਾਰਡ ਜਿਹੜੇ ਰੀਸੈਂਟਲੀ ਹੈਲਡ ਕੀਤੇ ਗਏ ਸੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਅਵਾਰਡ ਦਿੱਤੇ ਗਏ ਸੀ तकरीबन 12 13 ਅਵਾਰਡ ਦਿੱਤੇ ਗਏ ਸੀ ਇਹ ਉਹੀ ਮੂਵੀ ਹੈ ਠੀਕ ਹੈ ਗਲੀ ਬாய் ਗਲੀ ਬாய் ਦੇ ਜਿਹੜੇ ਸੌਂਗਸ ਨੇ ਕਾਫੀ ਜ਼ਿਆਦਾ ਫੇਮਸ ਹੋਏ ਸੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਬਾਕੀ অপਸ਼ਨਸ ਦੀ ਤਾਂ ਪੈਰਾਸਾਈਟ ਮੂਵੀ ਹੈ ਜਿਹੜੀ ਇਸ ਨੂੰ ਓਸਕਰ ਅਵਾਰਡ ਦਿੱਤਾ ਗਿਆ ਸੀ ਕੁਐਸਚਨ ਪੁੱਛੇ ਜਾਣਗੇ ਓਸਕਰ ਅਵਾਰਡਸ 2020 ਕਿਹੜੀ ਮੂਵੀ ਨੂੰ ਦਿੱਤਾ ਗਿਆ ਸੀ ਪੈਰਾਸਾਈਟ ਬੈਸਟ ਮੂਵੀ ਦਾ ਅਵਾਰਡ ਪੈਰਾਸਾਈਟ ਨੂੰ 1917 1917 ਮੂਵੀ ਨੂੰ ਅਵਾਰਡ ਦਿੱਤਾ ਗਿਆ ਸੀ ਬਾਫਟਾ ਦਾ ਬਾਫਟਾ ਦੁਆਰਾ ਬ੍ਰਿਟੇਨ ਦੁਆਰਾ ਦਿੱਤਾਇਆ ਇਹਨਾਂ ਨੇ ਬਾਫਟਾ ਅਵਾਰਡਸ ਬਾਫਟਾ ਅਵਾਰਡਸ ਦੇ ਵਿੱਚ ਬੈਸਟ ਮੂਵੀ ਦਾ ਅਵਾਰਡ 1917 ਨੂੰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਅੰਦਾਦੁਨ ਔਰ ਉਰੀ ਇਹ ਦੋਨੋਂ ਮੂਵੀਜ਼ ਨੂੰ ਨੈਸ਼ਨਲ ਅਵਾਰਡ ਦਿੱਤਾ ਗਿਆ ਸੀ ਨੈਸ਼ਨਲ ਅਵਾਰਡ ਉਰੀ ਮੂਵੀ ਔਰ ਅੰਦਾਦੁਨ ਦੋਨਾਂ ਨੂੰ ਦਿੱਤਾ ਗਿਆ ਸੀ ਯਾਦ ਰੱਖਣੇ ਨੇ ਨੈਕਸਟ 24th ਮੇਲਾਬਾਰ ਮਲਾਬਾਰ ਨੇਵਲ ਐਕਸਰਸਾਈਜ਼ ਮਾਲਾਬਾਰ ਐਕਸਰਸਾਈਜ਼ ਜਿਹੜੀ ਨੇਵੀ ਦੀ ਇੱਕ ਐਕਸਰਸਾਈਜ਼ ਹੈ ਰੀਸੈਂਟਲੀ ਹੈਲਡ ਕੀਤੀ ਜਾਣੀ ਹੈ ਠੀਕ ਹੈ ਹੈਲਡ ਕੀਤੀ ਜਾਣੀ ਹੈ ਅਗਰ ਆਪਾਂ ਗੱਲ ਕਰਦੇ ਹਾਂ ਤੇ ਅੱਜ 2 ਨਵੰਬਰ ਹੈ ਕੱਲ ਤੋਂ ਹੈਲਡ ਕੀਤੀ ਜਾਏਗੀ ਅਨਾਉਂਸ ਕੀਤਾ ਗਿਆ ਕਿ ਦੋ ਫੇजेस ਦੇ ਵਿੱਚ ਕੰਡਕਟ ਕੀਤੀ ਜਾਏਗੀ ਦੋ ਫੇजेस ਦੇ ਵਿੱਚ ਕੰਡਕਟ ਕੀਤੀ ਜਾਏਗੀ ਸਭ ਤੋਂ ਪਹਿਲੇ ਇੰਪੋਰਟੈਂਟ ਫੈਕਟਸ ਕੀ ਨੇ ਉਹ ਡਿਸਕਸ ਕਰਦੇ ਹਾਂ ਮਾਲਾਬਾਰ ਐਕਸਰਸਾਈਜ਼ ਯੂਐਸਏ ਜਾਪਾਨ ਔਰ ਇੰਡੀਆ ਤਿੰਨ ਕੰਟਰੀਜ਼ ਮਿਲ ਕੇ ਕੰਡਕਟ ਕਰਦੀਆਂ ਸੀ ਠੀਕ ਹੈ ਕੀ ਹੋਇਆ ਕਿ ਇਹ ਤਿੰਨੋਂ ਕੰਟਰੀਜ਼ ਪਲੱਸ ਆਸਟ੍ਰੇਲੀਆ ਹੈ ਜਿਹੜੀ ਇੱਕ ਕੁਆਡ ਗਰੁੱਪ ਦਾ ਮੈਂਬਰ ਹੈ ਇੱਕ ਗਰੁੱਪ ਹੈ ਕੁਆਡ ਕੁਆਡ ਗਰੁੱਪ ਦੇ ਵਿੱਚ ਇਹ ਚਾਰ ਕੰਟਰੀਜ਼ ਮੈਂਬਰ ਨੇ ਇਹਨਾਂ ਨੇ ਮੀਟਿੰਗ ਹੇਲਡ ਕੀਤੀ ਮੀਟਿੰਗ ਕਿੱਥੇ ਹੋਈ ਟੋਕੀਓ ਦੇ ਵਿੱਚ ਸਾਰੇ ਫੈਕਟ ਯਾਦ ਰੱਖਣਾ ਇੰਪੋਰਟੈਂਟ ਬਣਨੇਗੀ ਟੋਕੀਓ ਦੇ ਮੀਟਿੰਗ ਕਿੱਥੇ ਹੋਈ ਟੋਕੀਓ ਦੇ ਵਿੱਚ ਤਾਂ ਇਸ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਗਿਆ ਕਿ ਆਸਟ੍ਰੇਲੀਆ ਨੂੰ ਵੀ ਇਸ ਦਾ ਮੈਂਬਰ ਬਣਾਇਆ ਜਾਵੇ ਇਸ ਐਕਸਰਸਾਈਜ਼ ਦਾ ਮੈਂਬਰ ਬਣਾਇਆ ਜਾਵੇ ਤਾਂ ਹੁਣ ਇਹ ਚਾਰੋਂ ਕੰਟਰੀਜ਼ ਪਾਰਟਿਸਿਪੇਟ ਕਰਨੀਆਂ ਚਾਰੋਂ ਕੰਟਰੀ ਦੀ ਨੇਵੀ ਪਾਰਟਿਸਿਪੇਟ ਕਰੇਗੀ ਮਾਲਾਬਾਰ ਐਕਸਰਸਾਈਜ਼ ਦੇ ਵਿੱਚ ਦੋ ਫੇजेस ਦੇ ਵਿੱਚ ਕੰਡਕਟ ਕੀਤੀ ਜਾਏਗੀ ਪਹਿਲਾ ਫੇਜ਼ ਹੈ ਜਿਹੜਾ ਬੇ ਆਫ ਬੰਗਾਲ ਦੇ ਵਿੱਚ ਕੰਡਕਟ ਕੀਤਾ ਜਾਏਗਾ ਫਰਸਟ ਫੇਜ਼ ਬੇ ਆਫ ਬੰਗਾਲ ਦੇ ਵਿੱਚ ਕੰਡਕਟ ਕੀਤਾ ਜਾਏਗਾ 24th ਐਡੀਸ਼ਨ ਹੈ ਇਸ ਐਕਸਰਸਾਈਜ਼ ਦਾ ਯਾਦ ਰੱਖਣਾ ਹੈ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਕਿ 24th ਨੇਵਲ ਐਕਸਰਸਾਈਜ਼ ਦਾ ਫਰਸਟ ਫੇਜ਼ ਵਿਸ਼ਾਖਾਪਟਨਮ ਬੇ ਆਫ ਬੰਗਾਲ ਦੇ ਵਿੱਚ ਕੰਡਕਟ ਕੀਤਾ ਜਾਏਗਾ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੇ ਵਿੱਚ ਹੈ कंडक्ट किया जाएगा तीन तो लैके छे नवंबर तक और जो सैकंड फेज है वो अरेबीयन सी कंडक्ट किया जाएगा अरेबीयन कंडक्ट किया जाएगा इंडिया ऑस्ट्रेलिया यू एस ए और जापान ये चारों कंट्रीज इस पार्टीसीपेट करनी ठीक है।, है जी इस अलावा तो एक होर न्यूज थी इंडियन नेवी के रिलटड और डिसकस करते हैं इन्होंने की किया एक एंटीशिप मिसाइल टैसट की आ नेवी द्वारा एक एंटीशिप मिसाइल टेस्ट फायर की गई आई एन एस कोरा आई एन एस कोरा तो आई एन एस कोरा इंडिया का नेवी शिप है इस द्वारा एक एंटी शिप मिसाइल टेस्ट फायर की गई बे ऑफ बेंगोल बेंगोल रखने नैक्सट हू हैज वोन थर्ड कंसेक्यूटिव एम एम ए चैंपियनशिप टाइटल इन सिंगापुर MMA ਮਿਕਸਡ ਮਾਰਸ਼ਲ ਆਰਟਸ MMA ਸ਼ਾਰਟ ਫਾਰਮ ਦੇ ਵਿੱਚ ਜਨਨਿਆ ਜਾਂਦਾ ਹੈ ਟੂਰਨਾਮੈਂਟ ਕਾਫੀ ਬਾਅਦ ਸ਼ਾਰਟ ਫਾਰਮ ਦੇ ਵਿੱਚ ਪੁੱਛਿਆ ਜਾਂਦਾ ਹੈ ਇਹ ਮਿਕਸਡ ਮਾਰਸ਼ਲ ਆਰਟਸ ਮਿਕਸਡ ਮਾਰਸ਼ਲ ਆਰਟਸ ਚੈਂਪੀਅਨਸ਼ਿਪ ਕੰਡਕਟ ਕੀਤੀ ਗਈ ਸਿੰਗਾਪੁਰ ਦੇ ਵਿੱਚ ਕਿਸ ਨੇ ਜਿੱਤਿਆ ਇੱਕ ਇੰਡੀਅਨ ਪਰਸਨ ਨੇ ਜਿੱਤਿਆ ਰੀਤੂ ਫੋਗਾਰ ਨੇ ਫਰਸਟ অপਸ਼ਨ ਰੀਤੂ ਫੋਗਾਰ ਦਵਾਰ ਰੀਤੂ ਫੋਗਾਰ ਦਵਾਰ ਜਿੱਤਿਆ ਗਿਆ ਫੋਗਾਰ ਸਿਸਟਰਸ ਦੇ ਵਿੱਚ ਇੱਕ ਸਿਸਟਰ ਨੇ ਇਹ ਰੀਤੂ ਫੋਗਾਰ ਹਰਿਆਣਾ ਤੋਂ ਬਿਲੋਂਗ ਕਰਦੇ ਨੇ ਇਹ ਹਰ ਇੱਕ ਨੂੰ ਪਤਾ ਹੀ ਹੋਏਗਾ ਦੰਗਲ ਮੂਵੀ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਹੋਏਗਾ ਕਿ ਫੋਗਾਰਟ ਸਿਸਟਰਸ ਨੇ ਜਿਹੜੀਆਂ ਇਹ ਕਿੱਥੋਂ ਬਿਲੋਂਗ ਕਰਦੇ ਨੇ ਹਰਿਆਣਾ ਤੋਂ ਇੰਪੋਰਟੈਂਟ ਕੀ ਹੈ ਕਿ ਇਹ ਰੈਸਲਰ ਨੇ ਠੀਕ ਹੈ ਰੈਸਲਰ ਨੇ ਇਹਨਾਂ ਨੇ ਮਾਰਸ਼ਲ ਆਰਟਸ ਦੇ ਵਿੱਚ ਆਪਣਾ ਫਿਊਚਰ ਬਣਾਉਣਾ ਸ਼ੁਰੂ ਕੀਤਾ ਹੈ ਔਰ ਕੀ ਕੀਤਾ ਤੀਸਰੀ ਵਾਰ ਲਗਾਤਾਰ ਤੀਸਰੀ ਵਾਰ ਐਮ ਐਮ ਏ ਚੈਂਪੀਅਨਸ਼ਿਪ ਜਿੱਤੀ ਹੈ ਠੀਕ ਹੈ ਜੀ ਲਗਾਤਾਰ ਤੀਸਰੀ ਵਾਰ ਐਮ ਐਮ ਏ ਚੈਂਪੀਅਨਸ਼ਿਪ ਜਿੱਤੀ ਹੈ ਮਿਕਸਡ ਮਾਰਸ਼ਲ ਆਰਟਸ ਚੈਂਪੀਅਨਸ਼ਿਪ ਰੀਤੂ ਫੋਗਾਰਟ ਦੁਬਾਰਾ इस अलावा तो दो नाम ये आप हमने डिस्कस करके हटे है हैं दिव्या काकरम और राहुल अवारे दिव्या काकरम और राहुल अवारे दोनों रैसलिंग तो बिलोंग करते हैं और दोनों की दिता गया इस साल अर्जुन अवार्ड अर्जुन अवार्ड टू थाउजेंड ट्वेंटी दिता गया नैक्सट हु इज अपॉइंटेड एज न्यू सीईओ ऑफ एयर इंडिया एयर इंडिया ने नवे सी कौन अपॉइंट किए गए हैं एयर इंडिया एयर इंडिया जी है अपनी इस दे नवे सी ई अपॉइंट किए गए नवे सई ओ अलोक सिंह चीफ एग्जीक्यूटिव ऑफिसर अपॉइंट किए गए अलोक नवे सी ई अपॉइंट किए गए एयर इंडिया के इस तो अलावा सुखबिंदर सिंह संधु एयरपोर्ट अथॉरिटी ऑफ इंडिया के हेड ने इतने कन्फ्यूजन नहीं होनी चाहिए एयर इंडिया के स ईओ अलोक सिंह अपने गए और एयरपोर्ट अथॉरिटी ऑफ इंडिया के चेयरमैन ने एयरपोर्ट अथॉरिटी ऑफ इंडिया के चेयरपर्सन सुखबीर सिंह संधू ने ਸੌਰੀ ਆਈ ਥਿੰਕ ਬਾਈ ਮਿਸਟੇਕ ਇਥੇ 에어ਪੋਰਟ ਅਥਾਰਟੀ ਆਫ ਇੰਡੀਆ ਆ ਗਿਆ ਸੁਖਬੀਰ ਸਿੰਘ ਸੰਧੂ ਐਨ ਐਚ ਏ ਆਈ ਦੇ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਹੈਡ ਨੇ ਸੁਖਬੀਰ ਸਿੰਘ ਸੰਧੂ 에어ਪੋਰਟ ਅਥਾਰਟੀ ਆਫ ਇੰਡੀਆ ਦੇ ਅਰਵਿੰਦ ਸਿੰਘ ਨੇ ਸ਼ਾਇਦ ਅਰਵਿੰਦ ਸਿੰਘ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਹੈ 에어ਪੋਰਟ ਅਥਾਰਟੀ ਆਫ ਇੰਡੀਆ ਦੇ ਹੈਡ ਕੌਣ ਨੇ ਬਾਕੀ অপਸ਼ਨਸ ਦੇ ਵਿੱਚ ਇਨਰਿਲੇਟਡ ਕੁਛ ਨਿਊਜ਼ ਨੇ ਡਿਸਕਸ ਕਰਾਂਗੇ ਬੀ ਐਲ ਭਟ ਜਸਟਿਸ ਬੀ ਐਲ ਭਟ ਨੇ ਜਿਹੜੇ ਇਹ ਚੇਅਰਮੈਨ ਨੇ ਐਨ ਸੀ ਐਲ ਏ ਟੀ ਦੇ ਐਨ ਸੀ ਐਲ ਏ ਟੀ ਨੈਸ਼ਨਲ ਕੰਪਨੀ ਲਾ ਅਪੀਲੇਟ ਟ੍ਰਿਬਿਊਨਲ ਨੈਸ਼ਨਲ ਕੰਪਨੀ ਲਾ ਅਪੀਲੇਟ ਟ੍ਰਿਬਿਊਨਲ ਦੇ ਚੇਅਰਪਰਸਨ ਨੇ ਇਹਨਾਂ ਦਾ ਟੈਨਰ ਇਨਕਰੀਜ਼ ਕੀਤਾ ਗਿਆ 31 ਦਸੰਬਰ ਤੱਕ 31 ਦਸੰਬਰ ਤੱਕ ਇਹਨਾਂ ਨੂੰ ਟੈਨਰ ਇਨਕਰੀਜ਼ ਕੀਤਾ ਗਿਆ ਜਸਟਿਸ ਬੀ ਐਲ ਭਟ ਨੈਸ਼ਨਲ ਕੰਪਨੀ ਲਾ ਅਪੀਲੇਟ ट्रिब्यूनल अदीले सुमंदरी वाला अदीले सुमंदरी वाला कीने प्रेसिडेंट ने एथलेटिक्स फेडरेशन ऑफ इंडिया दे एथलेटिक फेडरेशन ऑफ इंडिया काफी बार ਇਹਨਾਂ ਦਾ ਨਾਮ ਆਪਾਂ ਡਿਸਕਸ ਕੀਤਾ ਹੈ एथलेटिक फेडरेशन ऑफ इंडिया ਇਸ ਦੇ प्रेसिडेंट ਦੁਆਰਾ ਪੁਆਇੰਟ ਕੀਤੇ ਗਏ ਨੇ ਤੀਸਰੀ ਵਾਰ ਤੀਸਰੀ ਵਾਰ ਇਹਨਾਂ ਨੂੰ ਰੀ ਇਲੈਕਟ ਕੀਤਾ ਗਿਆ ਪ੍ਰੈਜ਼ੀਡੈਂਟ ਆਫ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਇਹਨਾਂ ਦਾ ਨਾਮ ਆਪਾਂ ਕਿਉਂ ਡਿਸਕਸ ਕੀਤਾ ਇਹਨਾਂ ਦਾ ਨਾਮ ਇਸ ਕਰਕੇ ਆਪਾਂ ਡਿਸਕਸ ਕੀਤਾ ਹੋਇਆ ਕਿ ਅਦੀਲੇ ਸੁਮਨਦੀ ਵਾਲਾ ਨੂੰ ਇੱਕ ਕਮੇਟੀ ਦਾ ਹੈੱਡ ਅਪੁਆਇੰਟ ਕੀਤਾ ਗਿਆ ਸੀ ਇੰਡੀਅਨ 올림픽 ਕਮੇਟੀ ਦੁਆਰਾ ਇੰਡੀਅਨ 올림픽 ਕਮੇਟੀ ਦੁਆਰਾ ਐਨੂਅਲ ਗ੍ਰਾਂਟਸ ਔਰ ਫੀਸਿਸ ਦੀ ਰਿਵਿਊ ਕਰਨ ਦੇ ਲਈ ਐਨੂਅਲ ਗ੍ਰਾਂਟਸ ਔਰ ਫੀਸਿਸ ਨੂੰ ਰਿਵਿਊ ਕਰਨ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸਦੇ ਹੈੱਡ ਅਪੁਆਇੰਟ ਕੀਤੇ ਗਏ ਸੀ ਅਦੀਲੇ ਸੁਮਨਦੀ ਵਾਲਾ ਠੀਕ ਹੈ ਇਸ ਕਰਕੇ ਇਹਨਾਂ ਦਾ ਨਾਮ ਆਪਾਂ ਕਾਫੀ ਵਾਰ ਡਿਸਕਸ ਕੀਤਾ ਹੋਇਆ ਨਿਊਜ਼ ਰਹੇ ਨੇ ਨਾਮ ਯਾਦ ਰੱਖਣ ਕ੍ਰਿਸ ਗੇਲ ਕਿਸ ਗੇਲ క్రికెਟਰ ਨੇ ਹਰ ਇੱਕ ਨੇ ਦੇਖਿਆ ਹੋਵੇਗਾ T20 ਕ੍ਰਿਕਟ ਦੇ ਵਿੱਚ ਬੇਸਿਕਲੀ ਜ਼ਿਆਦਾਤਰ ਇਹ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ 6 6 ਖੇਡਦੇ ਨੇ ਜਿਆਦਾਤਰ ਹਰ ਬੋਲ ਤੇ ਛੱਕੇ ਮਾਰਨ ਦੇ ਇਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਹੈ ਤਾਂ ਵੈਸਟ ਇੰਡੀਜ਼ ਪਲੇਅਰ ਨੇ ਕ੍ਰਿਸ ਗੇਲ ਇਹਨਾਂ ਨੇ 1000 ਛੱਕੇ ਬਣਾਉਣ ਵਾਲੇ ਇਕਲੌਤੇ ਕ੍ਰਿਕਟਰ ਬਣੇ ਨੇ T20 ਦੇ ਵਿੱਚ 100 1000 ਛੱਕੇ ਹਿੱਟ ਕਰਨ ਵਾਲੇ ओनली क्रिकेटर बने ने इंडीज़ के क्रिस गेल कंट्री पूछी जा सकती है कि क्रिस गेल केड़ी कंट्री तो बिलोंग करते हैं वैसटइंडीज़ नैक्सट हु हैज लॉन्च द सी प्लेन सर्विसिज इस आंसर तो काफ़ी ईजी है आप काफ़ी बार डिस्कस किया है घट्ट घट्ट दस या पंद्रह बार आप न्यूज़ डिस्कस कर चुके हैं सी प्लेन सर्विसिज़ कितियां जाए इनोग्रेट कितना नरेंद्र मोदी द्वारा प्राइम मिनिस्टर नरेंद्र मोदी द्वारा ਕਵੈਸ਼ਨ ਕਿਥੋਂ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਥੋਂ ਨੂੰ ਕਿਸ ਦੇ ਨਾਲ ਕਨੈਕਟ ਕਰਦੀ ਹੈ ਇਸ ਸਟੈਚੂ ਆਫ ਯੂਨਿਟੀ ਜੋ ਕਿ ਕੇਵਾੜੀਆ ਵਿਲੇਜ ਦੇ ਵਿੱਚ ਹੈ ਇਸ ਨੂੰ ਸਾਬਰਮਤੀ ਰਿਵਰ ਫਰੰਟ ਅਹਮਦਾਬਾਦ ਦੇ ਨਾਲ ਕਨੈਕਟ ਕਰਦੀ ਹੈ ਕੇਵਾੜੀਆ ਵਿਲੇਜ ਨੂੰ ਸਾਬਰਮਤੀ ਰਿਵਰ ਫਰੰਟ ਅਹਮਦਾਬਾਦ ਦੇ ਨਾਲ ਕਨੈਕਟ ਕਰਦੀ ਹੈ ਇਹ ਸੀਪਲੇਨ ਸਰਵਿਸਿਜ਼ ਇਨੋਗਰੇਟ ਕੀਤੀ ਗਈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਦੂਸਰਾ ਕੁਐਸਚਨ ਇਥੋਂ ਕੀ ਪੁੱਛਿਆ ਜਾ ਸਕਦਾ ਹੈ ਕਿ ਇਸ ਨੂੰ ਕਿਹੜੀ ਕੰਪਨੀ ਦੁਆਰਾ ਚਲਾਇਆ ਜਾਏਗਾ ਇਸ ਨੂੰ ਸਪਾਈਸ ਜੈਟ ਸਪਾਈਸ ਜੈਟ ਜਿਹੜੀ ਕੰਪਨੀ ਹੈ ਸਪਾਈਸ ਜੈਟ ਕੰਪਨੀ ਦਾ ਅਗੇ ਸਬਸਿਡੀਰੀ ਹੈ ਸਪਾਈਸ ਸ਼ਟਲ ਸਪਾਈਸ ਸ਼ਟਲ ਇਹਨਾਂ ਕੰਪਨੀ ਦੁਆਰਾ ਆਪਰੇਸ਼ਨਲਾਈਜ਼ ਕੀਤਾ ਜਾਏਗਾ ਸਾਰਾ ਕੁਝ ਇਹਨਾਂ ਦੁਆਰਾ ਹੀ ਚਲਾਇਆ ਜਾਏਗਾ ਸਪਾਈਸ ਸ਼ਟਲ ਕੰਪਨੀ ਦੁਆਰਾ ਇਹ ਯਾਦ ਰੱਖਣਾ ਇੰਪੋਰਟੈਂਟ ਰਹੇਗਾ ਠੀਕ ਹੈ ਜੀ ਇਸ ਤੋਂ ਇਲਾਵਾ प्राइम मिनिस्टर नरेंद्र मोदी वाराणसी उत्तर प्रदेश तो लोकसभा एमपी एम पी ने अमित शाह गांधीनगर गुजरात तो लोकसभा एम पी ने और अमित शाह होम मिनिस्टर ने राजनाथ सिंह डिफेंस मिनिस्टर ने लखनऊ उत्तर प्रदेश तो लोकसभा एमपी एम पी ने नितिन गडकरी रोड ट्रांसपोर्ट एंड हाईवेज़ मिनिस्ट्री इन्होंने वे है एम एस एम ई भी इन्होंव है और यह नागपुर महाराष्ट्र तो लोकसभा एम पी ने प्रकाश जावेदकर एनवायरनमेंट मिनिस्ट्री इसके अलावा ਇਹਨਾਂ ਦੇ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਮਿਨਿਸਟਰੀ ਪਲਸ ਹੈਵੀ ਇੰਡਸਟਰੀਜ਼ ਮਿਨਿਸਟਰੀ ਹੈ ਰਾਜ ਸਭਾ ਐਮਪੀ ਨੇ ਮਹਾਰਾਸ਼ਟਰ ਤੋਂ ਠੀਕ ਹੈ ਜੀ ਤਾਂ ਮਿਸਟਰ ਨਰਿੰਦਰ ਮੋਦੀ ਦੁਆਰਾ ਗੁਜਰਾਤ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਜੈਕਟਸ ਸੀਗੇ ਜਿਨ੍ਹਾਂ ਦੀ ਇਨੌਗੁਰੇਸ਼ਨ ਕੀਤੀ ਗਈ ਔਰ ਕਾਫੀ ਪ੍ਰੋਜੈਕਟਸ ਸੀਗੇ ਜਿਨ੍ਹਾਂ ਦਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਠੀਕ ਹੈ ਉਹਨਾਂ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ ਸਭ ਤੋਂ ਪਹਿਲੇ एक आप डिस्कस कर लिया सी प्लेन सर्विस इस अलावा तो कड़ी कड़ी चीज़ इंपोर्टेंट है आरोग्य वन और आरोग्य कुटीर क्वेश्चन सिंपली पूछा जाएगा आरोग्य वन कितने इनोगरेट किया गया आरोग्य कुटीर कितने इनोगरेट किया गया कि इनोगरेट किया गया, गया। केवाड़िया विलेज ऑफ नर्मदा डिस्ट्रिक केवाड़िया विलेज ऑफ नर्मदा डिस्ट्रिक गुजरात इसत तो अलावा इन्हों द्वारा ही पैमस्टर द्वारा ही जंगल सफारी प्रोजैक्ट लॉन्च किया गया ਨੇਮਡ ਸਰਦਾਰ ਪਟੇਲ ਜੀਓਲੋਜੀਕਲ ਪਾਰਕ ਸਰਦਾਰ ਪਟੇਲ ਜੀਓਲੋਜੀਕਲ ਪਾਰਕ ਦਾ ਜੰਗਲ ਸਫਾਰੀ ਪ੍ਰੋਜੈਕਟ ਨੋਗਰੇਟ ਕੀਤਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਸ ਤੋਂ ਇਲਾਵਾ ਇਕਤਾ ਕਰੂਜ਼ ਇੱਕ ਫੈਰੀ ਬੋਟ ਸਰਵਿਸ ਲਾਂਚ ਲਾਂਚ ਕੀਤੀ ਇਕਤਾ ਕਰੂਜ਼ ਯੂਨਿਟੀ 글로 ਗਾਰਡਨ ਨੂੰ ਇਨੋਗਰੇਟ ਕੀਤਾ ਕੈਕਟਸ ਗਾਰਡਨ ਨੂੰ ਇਨੋਗਰੇਟ ਕੀਤਾ ਇਕਤਾ ਮੋਲ ਚਿਲड्रन ਨਿਊਟ੍ਰੀਸ਼ਨਲ ਪਾਰਕ ਇਕਤਾ ਮੋਲ ਚਿਲड्रन ਨਿਊਟ੍ਰੀਸ਼ਨਲ ਪਾਰਕ ਨੂੰ ਇਨੋਗ੍ਰੇਟ ਕੀਤਾ ਇਸ ਤੋਂ ਇਲਾਵਾ ਗੋਡੇਸਟਿਕ ਡੋਮ ਐਵੀਰੀ ਇਸ ਦਾ ਮਤਲਬ ਐਵੀਰੀ ਕੀ ਹੁੰਦਾ ਜਿੱਥੇ ਬਰਡਸ ਨੂੰ ਰੱਖਿਆ ਜਾਂਦਾ ਜਿੱਥੇ ਬਰਡਸ ਨੂੰ ਰੱਖਿਆ ਜਾਂਦਾ ਐਵੀਰੀ ਕਿਹਾ ਜਾਂਦਾ ਤਾਂ ਗੋਡੇਸਟਿਕ ਡੋਮ ਐਵੀਰੀ ਨੂੰ ਵੀ ਇਨੋਗ੍ਰੇਟ ਕੀਤਾ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਦੁਆਰਾ ਠੀਕ ਹੈ ਜੀ ਕਾਫੀ ਜ਼ਿਆਦਾ ਪਿਕਸ ਵਾਇਰਲ ਹੋਈਆਂ ਸੀ ਤੁਸੀਂ ਚੈੱਕ ਤੁਸੀਂ ਚਾਹੋ ਤਾਂ ਗੂਗਲ ਤੇ ਚੈੱਕ ਕਰ ਸਕਦੇ ਹੋ ਪੈਰੇਂਟਸ ਦੇ ਨਾਲ ਇਹਨਾਂ ਦੀ ਪਿਕ ਵਾਇਰਲ ਹੋਈ ਹੈ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਦੀ ਤਾਂ ਇਹ ਸਾਰੀਆਂ ਚੀਜ਼ਾਂ ਇਨੌਗੂਰੇਟ ਕੀਤੀਆਂ ਗਈਆਂ ਨੇ ਗੁਜਰਾਤ ਦੇ ਵਿੱਚ ਕਿਉਂ ਕੀਤੀਆਂ ਗਈਆਂ ਨੇ ਸਾਰੀ ਚੀਜ਼ਾਂ 31 ਅਕਤੂਬਰ ਨੂੰ ਆਬਜ਼ਰਵ ਕਰਨ ਦੇ ਲਈ ਯਾਨੀ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਬਰਥ ਐਨੀਵਰਸਰੀ ਨੂੰ ਆਬਜ਼ਰਵ ਕਰਨ ਦੇ ਲਈ ਨੈਕਸਟ ਇੰਡੀਆ ਹੈਲਡ 8th ਜੁਆਇੰਟ ਕਮਿਸ਼ਨ ਮੀਟਿੰਗ 8th ਜੁਆਇੰਟ ਕਮਿਸ਼ਨ ਮੀਟਿੰਗ ਨੂੰ ਆਰਗੇਨਾਈਜ਼ ਕੀਤਾ ਇੰਡੀਆ ਨੇ 8ਵੀਂ ਜੁਆਇੰਟ ਕਮਿਸ਼ਨ ਮੀਟਿੰਗ ਕਿਹੜੀ ਕੰਟਰੀ ਦੇ ਨਾਲ ਇੰਡੀਆ ਨੇ ਆਰਗੇਨਾਈਜ਼ ਕੀਤੀ ਮੈਕਸੀਕੋ ਦੇ ਨਾਲ मैक्सीको इंडिया ने एक मीटिंग ऑर्गेनाइज की है अपने लिए कैपिटल करंसी इंपोर्टेंट बनेगी मैक्सीको सिटी मैक्सीको कैपिटल मैक्सीको सिटी है करंसी पीसो चलती है ठीक है जी रशिया के नाल कावक एक्सरसाइज पार्टीसीपेट करना सी, जो कि एससीओ एक्सरसाइज है इंडिया ने पार्टीसपेट नहीं किया तो बाद इंडिया ने रशिया के पार्टीसपेट किया इंदिरा इंदिरा एक्सरसाइज कंडक्ट की गई ਰਸ਼ੀਆ ਦੇ ਨਾਲ ਕੈਨੇਡਾ ਦੇ ਬਾਰੇ ਯਾਦ ਰੱਖਣਾ ਕੈਨੇਡਾ ਕੈਪੀਟਲ ਓਟਾਵਾ ਹੈ ਕੈਨੇਡਾ ਦੇ ਪ੍ਰੈਮਿਸਟਰ ਜਸਟਿਨ ਟ੍ਰੂਡੀਓ ਨੇ ਜਸਟਿਨ ਟ੍ਰੂਡੀਓ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਬਾਰੇ ਕੀ ਡਿਸਕਸ ਕਰ ਸਕਦੇ ਹਾਂ ਆਸਟ੍ਰੇਲੀਆ ਦੇ ਨਾਲ ਪਿਚ ਬਲੈਕ ਐਕਸਰਸਾਈਜ਼ ਹੈ ਇੰਡੀਆ ਦੀ ਓਸ ਇੰਡੈਕਸ ਐਕਸਰਸਾਈਜ਼ ਹੈ ਇਸ ਤੋਂ ਇਲਾਵਾ ਮਾਲਾਬਾਰ ਬਾਰੇ ਵੀ ਪਾ ਡਿਸਕਸ ਕਰ ਲਿਆ ਮਾਲਾਬਾਰ ਐਕਸਰਸਾਈਜ਼ ਦੇ ਵਿੱਚ ਇਸ ਸਾਲ ਆਸਟ੍ਰੇਲੀਆ ਵੀ ਪਾਰਟਿਸਿਪੇਟ ਕਰੇਗਾ ਵੀਅਤਨਾਮ ਵੀਅਤਨਾਮ ਅੱਛਾ ਆਸਟ੍ਰੇਲੀਆ ਦੇ ਨਾਲ ਲੋਜਿਸਟਿਕ ਸਪੋਰਟ ਐਗਰੀਮੈਂਟ ਵੀ ਕੰਡਕਟ ਕੀਤਾ ਗਿਆ ਹੈ ਯਾਦ ਰੱਖਣੇ ਵੀਅਤਨਾਮ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਯਾਦ ਰੱਖਣੇ ਵੀਅਤਨਾਮ ਕੈਪੀਟਲ ਹਾਨੋਈ ਹੈ ਕਰੰਸੀ ਡੋਂਗ ਚੱਲਦੀ ਹੈ ਵੀਅਤਨਾਮ ਦੇ ਵਿੱਚ 36th ਐਸ਼ੀਅਨ ਸਮਿਟ ਕੰਡਕਟ ਕੀਤਾ ਗਿਆ ਇਸ ਤੋਂ ਇਲਾਵਾ ਵੀਅਤਨਾਮ ਬਾਰੇ ਯਾਦ ਰੱਖਣੇ ਵੀਅਤਨਾਮ ਦੇ ਵਿੱਚ ਇੱਕ ਕਹਿ ਸਕਦੇ ਹਾਂ ਸਾਈਕਲੋਨ ਆਪਾਂ ਇੰਡੀਆ ਦੇ ਵਿੱਚ ਸਾਈਕਲੋਨ ਕਹਿੰਦੇ ਹਾਂ ਉੱਥੇ ਟਾਈਫੂਨ ਕਿਹਾ ਜਾਂਦਾ ਹੈ ਤਾਂ ਜਿਹੜਾ ਸਾਈਕਲੋਨ ਆਇਆ ਹੋਇਆ ਉਸ ਦਾ ਕੀ ਨਾਮ ਹੈ ਮਲਾਵੇ ਕੁਐਸ਼ਨ ਪੁੱਛਿਆ ਜਾ ਸਕਦਾ ਮਲਾਵੇ ਸਾਈਕਲੋਨ ਕਿੱਥੇ ਹਿੱਟ ਕੀਤਾ ਸੀਗਾ ਵੀਅਤਨਾਮ ਦੇ ਵਿੱਚ ਠੀਕ ਹੈ ਮਲਾਵੇ ਸਾਈਕਲੋਨ ਰੀਸੈਂਟਲੀ ਨਿਊਜ਼ ਦੇ ਵਿੱਚ ਰਿਹਾ ਹੈ ਤਾਂ ਹਿੱਟ ਕਿਹੜੀ ਕੰਟਰੀ ਨੂੰ ਕੀਤਾ ਤਾਂ ਆਨਸਰ ਹੋਏਗਾ ਆਪਣਾ ਵੀਅਤਨਾਮ ਨੈਕਸਟ ਵਿਚ ਆਈਆਈਟੀ ਕਿਹੜੀ ਆਈਆਈਟੀ ਦੁਆਰਾ ਵਰਲਡ ਦਾ ਪਹਿਲਾ ਬੈਕਟੀਰੀਅਲ ਬਾਇਓਸੈਂਸਰ ਡਿਵੈਲਪ ਕੀਤਾ ਗਿਆ ਟੂ ਡਿਟੈਕਟ ਦਾ ਪ੍ਰੈਜ਼ੈਂਸ ਆਫ ਕਾਮਨ এনਵਾਇਰਨਮੈਂਟਲ ਪੋਲੂਟੈਂਟ ਸੋਡੀਅਮ ਡਿਸਾਈਲ ਸਲਫੋਨੇਟ ਬੇਸਿਕਲੀ ਆਪਾਂ ਕਾਫੀ ਅਸੀਂ ਚੀਜ਼ਾਂ ਨੇ ਜਿਨ੍ਹਾਂ ਨੂੰ ਯੂਜ਼ ਕਰਦੇ ਆਂ ਡੇਲੀ ਯੂਜ਼ ਦੀ ਚੀਜ਼ਾਂ ਨੇ ਆਪਣੀਆਂ ਫੋਰ ਐਗਜ਼ਾਮਪਲ ਸਾਬਸ ਹੋ ਗਈਆਂ ਪੇਸਟ ਹੋ ਗਈਆਂ ਡਿਟ ਵਾਸ਼ਿੰਗ ਪਾਊਡਰਸ ਵਗੈਰਾ ਹੋ ਗਏ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਸੋਡੀਅਮ ਡਿਸਾਈਲ ਸਲਫੋਨੇਟ ਹੁੰਦਾ ਠੀਕ ਹੈ ਇਸ ਨੂੰ ਡਿਟੈਕਟ ਕਰਨ ਦੇ ਲਈ ਵਰਲਡ ਦਾ ਪਹਿਲਾ ਬੈਕਟੀਰੀਅਲ ਬਾਇਓਸੈਂਸਰ ਡਿਵੈਲਪ ਕੀਤਾ ਗਿਆ ਇੰਡੀਆ ਦੁਆਰਾ ਇੰਡੀਆ ਦੀ ਆਈਆਈਟੀ ਦੁਆਰਾ ਕਿਹੜੀ ਆਈਆਈਟੀ ਦੁਆਰਾ ਆਈਆਈਟੀ ਰੁੜਕੀ ਦੁਆਰਾ IIT ਰੁੜਕੀ ਦੁਆਰਾ ਇਸ ਨੂੰ ਡਿਵੈਲਪ ਕੀਤਾ ਗਿਆ ਠੀਕ ਹੈ ਜੀ ਇਸ ਦੇ ਨਾਲ ਹੀ ਆਪਾਂ ਪੁਰਾਣੀ ਨਿਊਜ਼ ਨੂੰ ਡਿਸਕਸ ਕਰ ਲੈਣੇ ਆ IIT ਰੁੜਕੀ ਦੁਆਰਾ ਪ੍ਰਾਣਵਾਯੂ ਵੈਂਟੀਲੇਟਰ ਵੀ ਡਿਵੈਲਪ ਕੀਤਾ ਗਿਆ ਸੀ ਯੂਨੀਸੇਵੀਅਰ ਡਿਵਾਈਸ ਵੀ ਡਿਵੈਲਪ ਕੀਤਾ ਗਿਆ ਸੀ IIT ਰੁੜਕੀ ਦੁਆਰਾ IIT ਬੰਬੇ ਦੁਆਰਾ ਇਸ ਸਿੰਕ ਨਾਮ ਦਾ ਇੱਕ ਡਿਜੀਟਲ ਸਥੈਥੋਸਕੋਪ ਵੀ ਡਿਵੈਲਪ IIT ਬੰਬੇ ਦੁਆਰਾ ਕੀਤਾ ਗਿਆ IIT ਗੋਹਾਟੀ ਫਲਾਈਜੀ ਮੋਬਾਈਲ ਐਪਲੀਕੇਸ਼ਨ ਫਲਾਈਜੀ ਮੋਬਾਈਲ ਐਪਲੀਕੇਸ਼ਨ ਆਈਆਈਟੀ ਗੋਹਾਟੀ ਦੁਆਰਾ ਲਾਂਚ ਕੀਤੀ ਗਈ ਸੀ ਪ੍ਰੋਜੈਕਟ ਆਈਸੈਕ ਆਈਆਈਟੀ ਗਾਂਧੀਨਗਰ ਦਾ ਸੀਗਾ ਜਿਸ ਦੇ ਅੰਦਰ ਸਟੂਡੈਂਟਸ ਨੂੰ ਇੰਗੇਜ ਕਰਨ ਦੇ ਲਈ ਨਵੇਂ ਪ੍ਰੋਜੈਕਟਸ ਬਣਾਉਣ ਦੇ ਲਈ ਕਿਹਾ ਗਿਆ ਸੀ ਆਈਆਈਟੀ ਗਾਂਧੀਨਗਰ ਦੇ ਅੰਦਰ ਆਈਆਈਟੀ ਰੋਪੜ ਵਾਰਡ ਬੋਟ ਰੋਬੋਟ ਡਵੈਲਪ ਕੀਤਾ ਸੀ ਆਈਆਈਟੀ ਰੋਪੜ ਨੇ ਵਾਰਡ ਬੋਟ ਰੋਬੋਟ ਵਾਰਡ ਬੋਟ ਰੋਬੋਟ ਆਈਆਈਟੀ ਰੋਪੜ ਦੁਆਰਾ ਠੀਕ ਹੈ ਹੁਣ ਇੱਕ ਕੁਐਸਚਨ ਹੈ ਇੱਕ ਰੈਮ ਡਵੈਲਪ ਕੀਤੀ ਗਈ ਸੀ ਹਾਈ ਸਪੀਡ ਮੈਗਨੇਟਿਕ ਰੈਮ ਹਾਈ ਸਪੀਡ ਮੈਗਨੈਟਿਕ ਰੈਮ ਡਿਵੈਲਪ ਕੀਤੀ ਗਈ ਸੀ ਇਸ ਨੂੰ ਕਿਹੜੀ ਆਈਟੀ ਦੁਆਰਾ ਲਾਂਚ ਕੀਤਾ ਗਿਆ ਸੀ ਕਿਹੜੀ ਆਈਟੀ ਦੁਆਰਾ ਡਿਵੈਲਪ ਕੀਤਾ ਗਿਆ ਸੀ ਇੱਕ ਹਾਈ ਸਪੀਡ ਮੈਗਨੈਟਿਕ ਰੈਮ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਦੱਸਣਾ ਨੈਕਸਟ ਹੈ ਵਿਚ ਸਟੇਟ ਹੈਜ਼ ਨੇਮਡ ਐਸ ਬੈਸਟ ਗਵਰਨਡ ਸਟੇਟ ਬੈਸਟ ਗਵਰਨਡ ਸਟੇਟ ਕਿ ਸਭ ਤੋਂ ਅੱਛੇ ਤਰੀਕੇ ਨਾਲ ਸਰਕਾਰ ਚਲਾਈ ਜਾ ਰਹੀ ਹੈ ਤਾਂ ਕਿਹੜੀ ਸਟੇਟ ਨੂੰ ਬੈਸਟ ਸਟੇਟ ਕਿਹਾ ਗਿਆ ਹੈ ਰੀਲੀਜ਼ ਕੀਤੀ ਗਈ ਹੈ ਇੱਕ ਰਿਪੋਰਟ ਪਬਲਿਕ ਅਫੇਅਰ ਸੈਂਟਰ ਕਮੇਟੀ ਦੁਆਰਾ ਪਬਲਿਕ ਅਫੇਅਰ ਸੈਂਟਰ ਦੁਆਰੇ ਕਾ ਕਮੇਟੀ ਬਣਾਈ ਗਈ ਜਿਸ ਦੇ ਹੈਡ ਸੀਗੇ ਇਸਰੋ ਦੇ ਪੁਰਾਣੇ ਚੇਅਰਪਰਸਨ ਕਸਤੂਰੀ ਰੰਗਨ ਕਸਤੂਰੀ ਰੰਗਨ ਠੀਕ ਹੈ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇਸ ਜਿਹੜੀ ਰਿਪੋਰਟ ਹੈ ਇਹ ਕਿਨਾਂ ਦੁਆਰਾ ਜਾਰੀ ਕੀਤੀ ਗਈ ਹੈ ਰਿਪੋਰਟ ਇਸਰੋ ਦੇ ਪੁਰਾਣੇ ਚੇਅਰਮੈਨ ਕਸਤੂਰੀ ਰੰਗਨ ਦੁਆਰਾ ਬਣਾਈ ਗਈ ਹੈ ਕਿਹੜੀ ਸਟੇਟ ਨੇ ਟਾਪ ਕੀਤਾ ਕੇਰਲਾ ਦੁਆਰਾ ਇਸ ਨੂੰ ਟਾਪ ਕੀਤਾ ਗਿਆ ਕਿਹੜੀ ਸਟੇਟ ਦੁਆਰਾ ਟਾਪ ਕੀਤਾ ਗਿਆ ਹੈ ਕੇਰਲਾ ਦੁਆਰਾ ਟਾਪ ਕੀਤਾ ਗਿਆ ਹੈ ਠੀਕ ਹੈ ਜੀ ਇਸ ਤੋਂ ਅਵਾ ਪੂਰੀ ਨਿਊਜ਼ ਨੂੰ ਡਿਟੇਲ ਦੇ ਵੀ ਡਿਸਕਸ ਕਰਦੇ ਆ ਕਿ ਕੇਰਲਾ ਨੂੰ ਬੈਸਟ ਗਵਰਨਡ ਸਟੇਟ ਬਣਾਇਆ ਗਿਆ ਦੂਸਰੇ ਪਲੇਸ ਤੇ ਤਾਮਿਲਨਾਡੂ ਔਰ ਆਂਧਰਾ ਪ੍ਰਦੇਸ਼ ਰਹੇ 3 ਨੰਬਰ ਤੇ ਆਂਧਰਾ ਪ੍ਰਦੇਸ਼ ਰਹੇ ਠੀਕ ਹੈ ਕੇਰਲਾ ਨੇ ਬਿਗ ਸਟੇਟਸ ਦੀ ਕੈਟਾਗਰੀ ਨੂੰ ਟੌਪ ਕੀਤਾ ਔਰ ਇਸ ਕੈਟਾਗਰੀ ਦੇ ਵਿੱਚ ਸਭ ਤੋਂ ਐਂਡ ਤੇ ਰਹੀ ਹੈ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਓਡੀਸ਼ਾ ਔਰ ਬਿਹਾਰ ਵਰਸਟ ਪਰਫਾਰਮਰ ਰਹੇ ਨੇ ਵਰਸਟ ਪਰਫਾਰਮਰ ਰਹੇ ਨੇ ਠੀਕ ਹੈ ਯਾ ਰੱਖਣਾ ਕੇਰਲਾ ਨੇ ਟੌਪ ਕੀਤਾ ਹੈ ਔਰ ਯੂਪੀ ਸਭ ਤੋਂ ਐਂਡ ਤੇ ਰਹੇ ਅਗਰ ਗੱਲ ਕਰਦੇ ਹਾਂ ਸਮਾਲ ਸਟੇਟ ਕੈਟਾਗਰੀ ਦੇ ਵਿੱਚ ਗੋਆ ਨੇ ਟੌਪ ਕੀਤਾ ਹੈ ਸਮਾਲ ਸਟੇਟ ਕੈਟਾਗਰੀ ਦੇ ਵਿੱਚ ਗੋਆ ਦੁਆਰਾ ਟੌਪ ਕੀਤਾ ਗਿਆ ਹੈ ਸੈਕੰਡ ਪਲੇਸ ਤੇ ਮੇਘਾਲਿਆ ਔਰ ਹਿਮਾਚਲ ਪ੍ਰਦੇਸ਼ ਤੀਸਰੇ ਨੰਬਰ ਤੇ ਰਹੇ ਹੈ ਔਰ ਇਸ ਕੈਟਾਗਰੀ ਦੇ ਵਿੱਚ ਸਮਾਲ ਸਟੇਟ ਕੈਟਾਗਰੀ ਦੇ ਵਿੱਚ ਦਿੱਲੀ ਨੂੰ ਵੀ ਰੱਖਿਆ ਗਿਆ ਔਰ ਦਿੱਲੀ ਵਰਸਟ ਕੈਟਾਗਰੀ ਦੇ ਵਿੱਚ ਰਹੀ ਹੈ ਮਨੀਪੁਰ ਦਿੱਲੀ ਔਰ ਉੱਤਰਾਖੰਡ ਵਰਸਟ ਪਰਫਾਰਮਰ ਰਹੇ ਨੇ ਵਰਸਟ ਪਰਫਾਰਮਰ ਰਹੇ ਨੇ ਸਮਾਲ ਸਟੇਟ ਕੈਟਾਗਰੀ ਦੇ ਵਿੱਚ ਯੂਟੀਜ਼ ਦੀ ਕੈਟਾਗਰੀ ਦੇ ਵਿੱਚ ਚੰਡੀਗੜ੍ਹ ਦੁਆਰਾ ਟੌਪ ਕੀਤਾ ਗਿਆ ਫੋਲੋਡ ਬਾਈ ਪੌਂਡੀਚਰੀ ਐਂਡ ਲਕਸ਼ਦੀਪ ਔਰ ਸਭ ਤੋਂ ਲਾਸਟ ਦੇ ਅਗਰ ਆਪਾਂ ਗੱਲ ਕਰੀਏ ਵਰਸਟ ਦੀ ਗੱਲ ਕਰਦੇ ਹਾਂ ਦਾਦਰ ਐਂਡ ਨਗਰ ਹਵੇਲੀ ਜੰਮੂ ਐਂਡ ਕਸ਼ਮੀਰ ਔਰ ਅੰਡੇਮਾਨ ਐਂਡ ਨਿਕੋਬਾਰ ਰਹੇ ਨੇ ਠੀਕ ਹੈ ਕੀ ਕੀ ਚੀਜ਼ਾਂ ਯਾਦ ਰੱਖਾਂਗੇ ਆਪਾਂ ਕਿ ਕੇਰਲਾ ਬੈਸਟ ਗਵਰਨਡ ਸਟੇਟ ਹੈ ਫੋਲੋਡ ਬਾਈ ਤਾਮਿਲਨਾਡੂ ਐਂਡ ਆਂਧਰਾ ਪ੍ਰਦੇਸ਼ ਸਭ ਤੋਂ ਵਰਸਟ ਪਰਫਾਰਮਰ ਯੂਪੀ ਦੇ ਸਿਮਿਲਰ ਗੋਆ ਯਾਦ ਰੱਖਾਂਗੇ ਗੋਆ ਸਮਾਲ ਸਟੇਟ ਕੈਟੇਗਰੀ ਦੇ ਵਿੱਚ ਟੌਪ ਕੀਤਾ ਹੈ ਔਰ ਵਰਸਟ ਸਮਾਲ ਸਟੇਟ ਕੈਟੇਗਰੀ ਦੇ ਵਿੱਚ ਮਨੀਪੁਰ ਰਹੇ ਚੰਡੀਗੜ੍ਹ ਯੂਟੀਜ਼ ਦੇ ਵਿੱਚ ਟੌਪ ਕੀਤਾ ਹੈ ਔਰ ਵਰਸਟ ਦਾਦਰਨ ਨਗਰ ਹਵੇਲੀ ਰਹੇ ਠੀਕ ਹੈ ਇਹ ਸਾਰੀ ਚੀਜ਼ਾਂ ਯਾਦ ਰੱਖਾਂਗੇ ਇਸ ਤੋਂ ਇਲਾਵਾ ਆਪਸ਼ਨਸ ਦੀ ਗੱਲ ਕਰਦੇ ਹਾਂ ਤਾਂ ਕੇਰਲਾ ਦੀ ਕੁਝ ਸਕੀਮਸ ਵਿਜੇ ਮ੍ਰਿਤਮ ਔਰ ਸਹਜਰੀ ਯਾਦ ਰੱਖਣੀਆਂ ਨੇ ਕੇਰਲਾ ਦੀਆਂ ਸਕੀਮਸ ਨੇ ਵਿਜੇ ਮ੍ਰਿਤਮ ਸਹਜਰੀ ਕੇਰਲਾ ਨੇ ਲਿਟਰੇਸੀ ਇੰਡੈਕਸ ਦੇ ਵਿੱਚ ਵੀ ਟਾਪ ਕੀਤਾ ਸੀ ਰੀਸੈਂਟਲੀ ਲਿਟਰੇਸੀ ਇੰਡੈਕਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਆਂਧਰਾ ਪ੍ਰਦੇਸ਼ ਉੱਪ ਤੋਂ ਲਾਸਟ ਨੰਬਰ ਤੇ ਸੀਗਾ ਹੈਲਥ ਇੰਡੈਕਸ ਔਰ ਐਜੂਕੇਸ਼ਨ ਇੰਡੈਕਸ ਦੇ ਵਿੱਚ ਕੇਰਲਾ ਦੁਆਰਾ ਟਾਪ ਕੀਤਾ ਗਿਆ ਇਸ ਤੋਂ ਇਲਾਵਾ ਐਸ ਡੀਜੀ ਇੰਡੈਕਸ ਦੇ ਵਿੱਚ ਵੀ ਟਾਪ ਕੀਤਾ ਗਿਆ ਸੀ ਕੇਰਲਾ ਦੁਆਰਾ ਆਂਧਰਾ ਪ੍ਰਦੇਸ਼ ਨੇ ਈਜ਼ ਆਫ ਡੂਇੰਗ ਬਿਜ਼ਨਸ ਰੈਂਕਿੰਗ ਦੇ ਵਿੱਚ ਟਾਪ ਕੀਤਾ ਸੀ ਯਾਦ ਰੱਖਣਾ ਤਾਮਿਲਨਾਡੂ ਨੇ ਕਿਹੜੀ ਸਕੀਮ ਨੂੰ ਇੰਪਲੀਮੈਂਟੇਸ਼ਨ ਦੇ ਵਿੱਚ ਟਾਪ ਕੀਤਾ ਸੀ অপਸ਼ਨ ਦਿਨਾ ਅਮਰੁੱਧ ਸਕੀਮ ਅਮਰੂ ਸਕੀਮ ਦੀ ਇੰਪਲੀਮੈਂਟੇਸ਼ਨ ਦੇ ਵਿੱਚ 오ਡੀਸਾ ਨੇ ਟੌਪ ਕੀਤਾ ਸੀ ਜਾਂ ਤਾਮਿਲਨਾਡੂ ਨੇ ਟੌਪ ਕੀਤਾ ਸੀ ਕਮੈਂਟ ਬਾਕਸ ਦੇ ਵਿੱਚ ਦੱਸਨੇ ਯੂਪੀ ਨੇ ਟੂਰਿਸਟ ਡੈਸ ਟੂਰਿਜ਼ਮ ਡੈਸਟੀਨੇਸ਼ਨ ਦੇ ਵਿੱਚ ਟੌਪ ਕੀਤਾ ਸੀ ਯੂਪੀ ਨੇ ਟੂਰਿਜ਼ਮ ਡੈਸਟੀਨੇਸ਼ਨਸ ਦੇ ਵਿੱਚ ਟੌਪ ਕੀਤਾ ਸੀ ਯੂਪੀ ਨੇ ਇਸ ਤੋਂ ਇਲਾਵਾ ਰੀਸੈਂਟਲੀ ਮਨਰੇਗਾ ਦੀ ਕੈਟਾਗਰੀ ਦੇ ਵਿੱਚ ਵੀ ਟੌਪ ਕੀਤਾ ਸੀ ਔਰ ਪੀਐਮ ਸਵਰਨidhi ਪੀਐਮ ਸਵਰਨidhi ਸਕੀਮ ਦੇ ਵਿੱਚ ਵੀ ਟੌਪ ਕੀਤਾ ਸੀ ਇੰਪਲੀਮੈਂਟ ਕਰਨ ਦੇ ਵਿੱਚ ਯੂਪੀ ਨੇ ਨੈਕਸਟ ਵਿਚ ਸਟੇਟ ਚੀਫ ਮਿਨਿਸਟਰ ਕਿਹੜੀ ਸਟੇਟ ਦੇ ਚੀਫ ਮਿਨਿਸਟਰ ਦੁਆਰਾ ਦੇਵ ਭੋਗ ਸਵੀਟਸ ਦੇਵ ਭੋਗ ਸਵੀਟ ਲਾਂਚ ਕੀਤੀ ਗਈ ਹੈ ਜਿਸ ਨੂੰ ਫੂਡ ਗ੍ਰੇਨ ਦੁਆਰਾ ਗrown ਫੂਡ ਜਿਹੜੀ ਸਟੇਟ ਦੇ ਵਿੱਚ ਫੂਡ ਗ੍ਰੇਨਸ ਨੇ ਉਹਨਾਂ ਦੁਆਰਾ ਬਣਾਈ ਗਈ ਹੈ ਕਿਸ ਦੇ ਲਈ ਟੂ ਗਿਵ ਪੁਸ਼ ਟੂ ਸਲੋਗਨ ਵੋਕਲ ਫॉर ਲੋਕਲ ਅਪਾ ਡਿਸਕਸ ਕੀਤਾ ਸੀ ਕਿ ਕਾਫੀ डिफरेंट डिफरेंट ਨਾਮਸ ਤੋਂ ਬਈ ਡਿਸਕਸ ਕਰ ਚੁੱਕੇ ਆ ਕਿ ਸੈਲਫ ਰਿਲਾਈਐਂਟ ਇੰਡੀਆ ਹੋ ਗਿਆ ਆਤਮ ਨਿਰਭਰ ਭਾਰਤ ਹੋ ਗਿਆ ਸਿਮਿਲਰ ਤਰੀਕੇ ਨਾਲ ਅਗਰ ਇੱਕ ਸਮਾਲ ਸਿਟੀ ਹੈ ਉਸ ਸਮਾਲ ਸਿਟੀ ਜਾਂ 1 ਡਿਸਟ੍ਰਿਕਟ 1 ਪ੍ਰੋਡਕਟ ਸਕੀਮ ਹੋਗੀ ਠੀਕ ਹੈ ਤਾਂ ਇਹਨਾਂ ਚੀਜ਼ਾਂ ਕਰਕੇ ਕੀ ਕੀਤਾ ਜਾ ਰਿਹਾ ਸੈਲਫ ਰਿਲਾਈਐਂਟ ਬਣਾਇਆ ਜਾ ਰਿਹਾ ਤਾਂ ਵੋਕਲ ਫॉर ਲੋਕਲ ਵੀ ਇੱਕ ਸਿਮਿਲਰ ਤਰੀਕੇ ਦਾ ਪ੍ਰੋਜੈਕਟ ਹੈ ਯਾਨੀ ਕਿ ਛੋਟੀ ਸਿਟੀ ਦੇ ਵਿੱਚ ਅਗਰ ਕੋਈ ਚੀਜ਼ ਇੰਪੋਰਟੈਂਟ ਹੈ ਕੋਈ ਚੀਜ਼ ਫੇਮਸ ਹੈ ਉਸ ਨੂੰ ਪ੍ਰਮੋਟ ਕੀਤਾ ਜਾ ਸਕੇ ਠੀਕ ਹੈ ਤਾਂ ਦੇ ਵੋਕਸ ਵੀਟ ਲੌਂਚ ਕੀਤਾ ਗਿਆ ਉੱਤਰਾਖੰਡ ਦੇ ਚੀਫ ਮਿਨਿਸਟਰ ਦੁਆਰਾ ਉੱਤਰਾਖੰਡ ਦੇ ਚੀਫ ਮਿਨਿਸਟਰ ਤਰਵੇਂਦਰ ਸਿੰਘ ਰਾਵਤ ਨੇ ਉੱਤਰਾਖੰਡ ਦੇ ਚੀਫ ਮਿਨਿਸਟਰ ਤਰਵੇਂਦਰ ਸਿੰਘ ਰਾਵਤ ਦੁਆਰਾ ਦੇਬਹੋਗ ਸਵੀਤ ਨੂੰ ਲੌਂਚ ਕੀਤਾ ਗਿਆ ਗਵਰਨਰ ਇੱਥੇ ਦੇ ਬੇਬੀ ਰਾਣੀ ਮੋਰਿਆ ਪੰਜਾਬ ਚੀਫ ਮਿਨਿਸਟਰ ਐਪਟਰ ਅਮਰਿੰਦਰ ਸਿੰਘ ਨੇ ਇਹਨਾਂ ਦੁਆਰਾ ਵੀ ਇੱਕ ਸਕੀਮ ਲੌਂਚ ਕੀਤੀ ਗਈ ਹੈ ਡਿਸਕਸ ਕਰਾਂਗੇ ਤਾਮਿਲਨਾਡੂ ਤਾਮਿਲਨਾਡੂ ਰੇਟਰ ਤੇਲੰਗਾਨਾ ਔਰ ਵੈਸਟ ਬੰਗਾਲ ਇਹਨਾਂ ਰੇਟਰ ਨਿਊਜ਼ ਨੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲੇ ਪੰਜਾਬ ਚੀਫ ਮਿਨਿਸਟਰ ਦੁਆਰਾ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਐਸ ਸੀ ਸਕਾਲਰਸ਼ਿਪ ਸਕੀਮ ਲਾਂਚ ਕੀਤੀ ਗਈ ਹੈ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਐਸ ਸੀ ਸਕਾਲਰਸ਼ਿਪ ਸਕੀਮ ਐਸ ਸੀ ਕੈਟਾਗਰੀ ਦੇ ਸਟੂਡੈਂਟਸ ਲਈ ਸਕਾਲਰਸ਼ਿਪ ਸਕੀਮ ਲਾਂਚ ਕੀਤੀ ਗਈ ਹੈ ਪੰਜਾਬ ਦੇ ਚੀਫ ਮਿਨਿਸਟਰ ਦੁਆਰਾ ਤਾਮਿਲਨਾਡੂ ਦੀ ਗੱਲ ਕਰਦੇ ਹਾਂ ਇਹਨਾਂ ਨੇ ਇੱਕ ਬਿਲ ਪਾਸ ਕੀਤਾ ਹੈ ਕਿ ਜਿਹੜੇ ਸਟੂਡੈਂਟਸ ਗਵਰਨਮੈਂਟ ਸਕੂਲ ਦੇ ਵਿੱਚ ਸਟੱਡੀ ਕਰ ਰਹੇ ਨੇ ਯਾਨੀ ਕਿ 6ਵੀਂ ਤੋਂ ਲੈ ਕੇ 12ਵੀਂ ਕਲਾਸ ਜਿਹੜੇ ਸਟੂਡੈਂਟਸ ਗਵਰਨਮੈਂਟ ਸਕੂਲ ਦੇ ਵਿੱਚ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਮੈਡੀਕਲ ਐਡਮਿਸ਼ਨ ਦੇ ਵਿੱਚ ਰਿਜ਼ਰਵੇਸ਼ਨ ਪ੍ਰੋਵਾਈਡ ਕੀਤੀ ਜਾਏਗੀ 7.5% ਸੀਟਾਂ ਮੈਡੀਕਲ ਇੰਸਟੀਚੂਟਸ ਦੀਆਂ ਕੀ ਕੀਤੀਆਂ ਗਈਆਂ ਨੇ ਰਿਜ਼ਰਵ ਕੀਤੀਆਂ ਗਈਆਂ ਨੇ ਉਹਨਾਂ ਸਟੂਡੈਂਟਸ ਦੇ ਲਈ ਜਿਹੜੇ ਗਵਰਨਮੈਂਟ ਸਕੂਲ ਦੇ ਵਿੱਚ ਸਟੱਡੀ ਕਰ ਰਹੇ ਨੇ ਬੇਸਿਕਲੀ ਗਵਰਨਮੈਂਟ ਸਕੂਲਸ ਨੂੰ ਪ੍ਰਮੋਟ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਉਥੇ ਸਟੱਡੀ ਪ੍ਰੋਵਾਈਡ ਕਰਵਾਉਣ ਦੇ ਲਈ ਇਸ ਇਨੀਸ਼ੀਏਟਿਵ ਨੂੰ ਲਿਆ ਗਿਆ ਹੈ ਯਾਦ ਰੱਖਣੇ ਤੇਲੰਗਾਨਾ ਤెలంగాణ ਐਸੀ ਤੀਸਰੀ ਸਟੇਟ ਬਣੀ ਹੈ ਇੰਡੀਆ ਦੀ ਜਿਸ ਨੇ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਲਾਂਚ ਕੀਤਾ ਹੈ ਆਪਾਂ ਡਿਸਕਸ ਕੀਤਾ ਸੀ ਇਲੈਕਟ੍ਰਿਕ ਵਹੀਕਲ ਪਾਲਿਸੀ ਸਭ ਤੋਂ ਪਹਿਲੇ ਸ਼ੁਰੂ ਕਰਨ ਵਾਲੀ ਕਿਹੜੀ ਸਟੇਟ ਬਣੀ ਸੀ ਦਿੱਲੀ ਠੀਕ ਹੈ ਉਸ ਤੋਂ ਬਾਅਦ ਗੁਜਰਾਤ ਦੁਆਰਾ ਵੀ ਇਲੈਕਟ੍ਰਿਕ ਵਹੀਕਲ ਪਾਲਿਸੀ ਇੰਪਲੀਮੈਂਟ ਕੀਤੀ ਗਈ ਹੈ ਔਰ ਰੀਸੈਂਟਲੀ ਤੇਲੰਗਾਨਾ ਦੁਆਰਾ ਵੀ ਇਸ ਨੂੰ ਲਾਂਚ ਕੀਤਾ ਗਿਆ ਜਿਸ ਦੇ ਅੰਡਰ ਕੀ ਕੀਤਾ ਜਾ ਰਿਹਾ ਹੈ ਇਲੈਕਟ੍ਰਿਕ ਵਹੀਕਲਸ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ 100% ਸਬਸਿਡੀ ਵਗੈਰਾ ਪ੍ਰੋਵਾਈਡ ਕੀਤੀ ਜਾ ਰਹੀ ਹੈ ਰੋਡ ਟੈਕਸ ਦੇ ਉੱਤੇ ਛੂਟ ਦਿੱਤੀ ਜਾ ਰਹੀ ਹੈ ਤਾਂ ਕਿ ਇਲੈਕਟ੍ਰਿਕ ਵਹੀਕਲਸ ਨੂੰ ਪ੍ਰਮੋਟ ਕੀਤਾ ਜਾ ਸਕੇ ਨੈਕਸਟ ਵੈਸਟ ਬੰਗਾਲ ਮਮਤਾ ਬੈਨਰਜੀ ਇੱਥੇ ਚੀਫ ਮਿਨਿਸਟਰ ਨੇ ਕੀ ਕੀਤਾ ਜਾ ਰਿਹਾ ਇੱਥੇ ਪਹਿਲਾ ਟਾਇਰ ਪਾਰਕ ਬਣਾਇਆ ਜਾਏਗਾ ਇੰਡੀਆ ਦਾ ਪਹਿਲਾ ਟਾਇਰ ਪਾਰਕ ਕਿੱਥੇ ਲਾਂਚ ਕੀਤਾ ਜਾਏਗਾ ਵੈਸਟ ਬੰਗਾਲ ਦੇ ਵਿੱਚ ਡਿਵੈਲਪ ਕੀਤਾ ਜਾ ਰਿਹਾ ਕਿੱਥੇ ਬਣਾਇਆ ਜਾਏਗਾ ਵੈਸਟ ਬੰਗਾਲ ਦੇ ਵਿੱਚ ਇੰਡੀਆ ਦਾ ਪਹਿਲਾ ਟਾਇਰ ਪਾਰਕ ਬਣਾਇਆ ਜਾਏਗਾ ਜਦੋਂ ਇਸ ਨੂੰ ਲਾਂਚ ਕੀਤਾ ਜਾਏਗਾ ਉਦੋਂ ਵੀ ਆਪਾਂ ਇਸ ਨੂੰ ਦੁਬਾਰਾ ਇੱਕ ਵਾਰ ਰਿਵੀਜ਼ਨ ਕਰਾਂਗੇ ਨੈਕਸਟ ਪੰਨਾ ਟਾਈਗਰ ਰਿਜ਼ਰਵ ਪੰਨਾ ਟਾਈਗਰ ਰਿਜ਼ਰਵ ਹੈ ਜਿਹੜਾ ਇਸ ਨੂੰ ਯੂਨੈਸਕੋ ਬਾਇਓਸਫੇਅਰ ਰਿਜ਼ਰਵ ਬਣਾਇਆ ਗਿਆ ਹੈ ਬਾਏ ਮੈਨ ਐਂਡ ਬਾਇਓਸਫੇਅਰ ਬੇਸਿਕਲੀ ਯੂਨਾਈਟ ਯੂਨੈਸਕੋ ਦੀ 32ਵੀਂ ਮੀਟਿੰਗ ਕੰਡਕਟ ਕੀਤੀ ਗਈ ਮੈਨ ਐਂਡ ਬਾਇਓਸਫੇਅਰ ਦੀ ਯੂਨੈਸਕੋ ਮੈਨ ਐਂਡ ਬਾਇਓਸਫੇਅਰ ਦੀ 32ਵੀਂ ਮੀਟਿੰਗ ਕੰਡਕਟ ਕੀਤੀ ਗਈ ਜਿਸ ਦੇ ਵਿੱਚ ਕੀ ਕੀਤਾ ਗਿਆ 25 ਪਲੇਸਿਸ ਨੂੰ ਐਡ ਕੀਤਾ ਗਿਆ 25 ਟੋਟਲ 25 ਡਿਫਰੈਂਟ ਡਿਫਰੈਂਟ ਪਲੇਸਿਸ ਨੂੰ ਐਡ ਕੀਤਾ ਗਿਆ ਕੰਟਰੀਜ਼ ਦੇ ਵਿੱਚੋਂ ਇੰਡੀਆ ਦੀ ਇਕਲੋਤੀ ਜਗ੍ਹਾ ਜਿਹੜੀ ਐਡ ਕੀਤੀ ਗਈ ਹੈ ਕਿਹੜੀ ਹੈ ਪੱਛੀਆਂ ਦੇ ਵਿੱਚੋਂ ਪੰਨਾ ਟਾਈਗਰ ਰਿਜ਼ਰਵ ਪੰਨਾ ਟਾਈਗਰ ਰਿਜ਼ਰਵ ਆਪਣਾ ਕੁਐਸਚਨ ਹੈ ਕਿ ਇਹ ਕਿਹੜੀ ਸਟੇਟ ਦੇ ਵਿੱਚ ਲੋਕੇਟਿਡ ਹੈ ਇਹ ਐਮਪੀ ਦੇ ਵਿੱਚ ਲੋਕੇਟਿਡ ਹੈ ਠੀਕ ਹੈ ਕਿਹੜੀ ਸਟੇਟ ਦੇ ਵਿੱਚ ਲੋਕੇਟਿਡ ਹੈ ਐਮਪੀ ਦੇ ਵਿੱਚ ਲੋਕੇਟਿਡ ਹੈ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਇਸ ਦੇ ਨਾਲ ਇੰਡੀਆ ਦੇ ਵਿੱਚ ਟੋਟਲ ਕਿੰਨੀਆਂ ਯੂਨੈਸਕੋ ਬਾਇਓਸਫੀਅਰ ਰਿਜ਼ਰਵ ਹੋ ਚੁੱਕੀਆਂ ਨੇ 12 ਯੂਨੈਸਕੋ ਬਾਇਓਸਫੀਅਰ ਰਿਜ਼ਰਵ ਹੋ ਚੁੱਕੀਆਂ ਨੇ ਇੰਡੀਆ ਦੇ ਵਿੱਚ ਬਾਇਓਸਫੀਅਰ ਰਿਜ਼ਰਵ ਨੇ ਜਿਹੜੇ ਕਿੰਨੇ ਨੇ 12 ठीक है सिमिलर तरीके रामसर साइड से सा अपना रिसेंटली डिसकस की टोटल किनिया हो गई ने इंडिया थर्टी नाइन ठीक है यार रखने इंपोर्टेंट क्वेश्चन ने पूछे जाते हैं बारहवीं किड की गई है पन्ना टाइगर रिजर्व इस तो अलावा अगर एम पी दल करते हैं एम पी के होर कि टाइगर रिजर्व टाइगर रिजर्व नहीं कह सकते वैसे पन्ना टाइगर रिजर्व पन्ना नैशनल पार्क का ही एक हिस्सा है बाकी नैशनल पार्कस की अगर आप गल करिए तो सब तो ज्यादा इम नैशनल पार्क एम पी के श आप किस तरीके याद कर देने एक सिंगल लाइन बांधवगढ़ माधव पन्ना पेंच बांधवगढ़ माधव पन्ना पेंच फोसिल सतपुड़ा वन विहार बांधवगढ़ माधव पन्ना पेंच फोसिल सतपुड़ा वन विहार इस अलावा काना और कूनों और काना बांधवगढ़ काना कूनो माधव पन्ना पेंच फोसिल सतपुड़ा वन विहार इस तरीके सिंगल लाइन के डिस्कस करते होंने ਉੜੀਸਾ ਦੀ ਗੱਲ ਕਰਦੇ ਹਾਂ ਤਿੰਨ ਨੈਸ਼ਨਲ ਪਾਰਕਸ ਨੇ ਭੀਤਰ ਕਨੀਕਾ, ਸਿੰਮਲੀਪਾਲ ਔਰ ਨੰਦਨਕਨਨ ਭੀਤਰ ਕਨੀਕਾ, ਸਿੰਮਲੀਪਾਲ ਔਰ ਨੰਦਨਕਨਨ ਜੀਓਲੋਜੀਕਲ ਪਾਰਕ ਉੜੀਸਾ ਦੇ ਵਿੱਚ ਹੈ। ਝਾਰਖੰਡ ਇਕਲੌਤਾ ਨੈਸ਼ਨਲ ਪਾਰਕ ਹੈ ਬੇਟਲਾ, ਬੇਟਲਾ ਨੈਸ਼ਨਲ ਪਾਰਕ ਝਾਰਖੰਡ ਦੇ ਵਿੱਚ। ਯੂਪੀ ਦੇ ਵਿੱਚ ਵੀ ਇੱਕ ਸਿੰਗਲ ਨੈਸ਼ਨਲ ਪਾਰਕ ਹੈ ਦੁੱਦਵਾ। ਦੁੱਦਵਾ ਨੈਸ਼ਨਲ ਪਾਰਕ ਕੁਐਸਚਨ ਪੁੱਛਿਆ ਜਾਂਦਾ ਹੈ ਦੁੱਦਵਾ ਨੈਸ਼ਨਲ ਪਾਰਕ ਕਿੱਥੇ ਹੈ? ਯੂਪੀ ਦੇ ਵਿੱਚ। ਪਰ ਬਿਹਾਰ ਦੀ ਗੱਲ ਕਰਦੇ ਹਾਂ ਵਾਲਮੀਕੀ, ਵਾਲਮੀਕੀ ਨੈਸ਼ਨਲ ਪਾਰਕ ਸਿੰਗਲ ਨੈਸ਼ਨਲ ਪਾਰਕ ਹੈ। ਬਿਹਾਰ ਦੇ ਵਿੱਚ ਅਸਡੇ ਲਈ ਬਸ ਇਨਾ ਹੀ ਆਈ ਹੋਪ ਸਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਦਾ ਸੈਸ਼ਨ ਗੁੱਡਬਾਈ